ਪੁਰਾਣੀਆਂ ਪੰਕਤੀਆਂ ਬਹੁਤ ਅਰਥ ਨੇ ਜਿਹੜੇ ਉਹਨੂੰ ਪਤਾ ਲੱਗ ਜਾਂਦਾ। ਕਹਿੰਦੇ ਭਾਈ ਆ ਜਾ ਕਰ, ਕਹਿੰਦੇ ਇੱਕ ਦਿਨ ਪੰਕਤੀ ਆ ਗਈ ਮਹਾਰਾਜ ਜੀ ਬਾਣੀ ਬਾਣੀ ਜੀ ਦੀ ਪੰਕਤੀ ਸੀ ਕਿ ਜਿਸੇ ਜਿਸੇ ਜਗਾਇਤ ਕੀਆ ਵੈ ਇਹੋ ਰਸ ਅਕਥ ਕਥਾ ਕੰਨਿਆ, ਜਿਸਹਿ ਜਗਾਏ ਕੀਆ ਵੈ ਇਹੋ ਰਸ ਅਕਥ ਕਥਾ ਕੰਨਿਆ। ਮੈਂ ਕਹਿ ਜੀ ਇਹਦੇ ਅਰਥ ਕੀ ਨੇ, ਰੋਜ਼ ਪੜ੍ਹਦੇ ਆ ਵੀ ਅਕਥ ਕਥਾ ਕਿਹੜੀ ਹੋਈ। ਸੀਤਾ ਤੇਜਾ ਸਿੰਘ ਕਹਿ ਲੱਗੇ ਇਹਦੇ ਵਿੱਚ ਅਕਥ ਕਥਾ ਸੁੰਦਰ ਸ਼ਬਦ ਕਹਿੰਦੇ ਮੈਂ ਤਾਂ ਸਮਝ ਨਹੀਂ ਆਉਂਦੀ ਜੀ ਵੀ ਜਿਹੜੀ ਅਕਥ ਕਥਾ ਅਕਥ ਦਾ ਮਤਲਬ ਹੁੰਦਾ ਅਕਥ ਦਾ ਮਤਲਬ ਹੁੰਦਾ ਕਰਨਾ, ਅਕਥ ਦਾ ਮਤਲਬ ਜਿਹੜੀ ਕਥੀ ਨਾ ਜਾ ਸਕੇ, ਜਿਹੜੀ ਕਥਾ ਕਥੀ ਹੋਈ ਨਾ ਜਾ ਸਕੇ, ਦੱਸੀ ਹੋਈ ਨਾ ਜਾ ਸਕੇ, ਉਹ ਅਕਥ ਕਥਾ ਸੀ ਕਿਵੇਂ ਜਾਣ ਲੱਗ। ਜਿਹੜੀ ਗੱਲ ਜਾਣੀ ਹੀ ਨਾ ਜਾ ਸਕੇ ਉਹਨੂੰ ਗੱਲ ਕੁਝ ਕਹਿ ਨਹੀਂ ਸਕਦਾ। ਤੇ ਕਹਿੰਦੇ ਪ੍ਰਿੰਸੀਪਲ ਤੇਜਾ ਸਿੰਘ ਨੇ ਕਹਿ ਲਿਆ ਕਹਿੰਦੇ ਇਹਦੇ ਵਿੱਚ ਅਕਥ ਕਥਾ ਦੀ ਗੱਲ ਪਿਆ ਰਿਹਾ, ਇਹਦੇ ਵਿੱਚ ਕਿਹਾ ਜਿਸਾ ਜਗਾਏ ਕੀ ਆਵਾ ਇਹੋ ਰਸ, ਇਹਦੇ ਵਿੱਚ ਰਸ ਦੀ ਗੱਲ ਕੀਤੀ ਹੈ ਆਪਣੇ ਗੁਰੂ ਅਰਜਨ ਸਾਹਿਬ ਜੀ ਨੇ। ਜਿਹਨੂੰ ਉਹ ਜਗਾ ਦਿੰਦਾ ਉਹਨੂੰ ਰਸ ਆਉਂਦਾ ਹੈ, ਜਿਹਨੂੰ ਰਸ ਨਾ ਆਵੇ ਉਹਨੂੰ ਅਕਥ ਕਥਾ ਦੀ ਸਮਝ ਨਹੀਂ ਆਉਣੀ। ਜਿਸ ਬੰਦੇ ਨੂੰ ਬਾਣੀ ਦੇ ਵਿੱਚ ਰਸ ਨਾ ਆਇਆ ਨਾ ਕਿਸੇ ਪਾਸਿਓਂ ਵੀ ਬਾਣੀ ਦਾ ਰਸ ਨਾ ਆਇਆ, ਸਤਸੰਗਤ ਵਿੱਚ ਬੈਠ ਕੇ ਰਸ ਨਾ ਆਇਆ, ਸੇਵਾ ਕਰਕੇ ਰਸ ਨਾ ਆਇਆ ਤੇ ਪਿਆਰਿਆਂ ਦੇ ਦਰਸ਼ਨ ਕਰਕੇ ਰਸ ਨਾ ਆਇਆ, ਉਹ ਬਾਣੀ ਦੀ ਸਮਝ ਆਉਣੀ ਹੀ ਨਹੀਂ। ਇਹ ਕਿਵੇਂ ਕਹਿੰਦੇ ਪੈ ਬੜੀ ਤਾਂ ਗੱਲ ਪ੍ਰਿੰਸੀਪਲ ਤੇਜਾ ਸਿੰਘ ਨੇ ਕਹੀ, ਕਹਿੰਦੇ ਕਿਹੜੀ ਗੱਲ ਸੁਣੀ ਹੈ, ਕਹਿੰਦਾ ਜੀ ਨਹੀਂ, ਕਹਿੰਦਾ ਕਿਹੜੀ ਕੀ ਤਾਂ ਮੁਕਾਬਲਾ ਹੈ ਪੰਜਾਬੀ ਦੇ ਵਿੱਚ। ਕਹਿੰਦੇ ਹਰ ਮੁਕਾਬਲੇ ਦੇ ਪਿੱਛੇ ਕੋਈ ਕਹਾਣੀ ਹੁੰਦੀ ਹੈ, ਕਹਿੰਦੇ ਕਿਹੜੀ ਕਹਾਣੀ ਹੁੰਦੀ ਹੈ ਜੀ ਮੈਨੂੰ ਤਾਂ ਪਤਾ ਹੀ ਨਹੀਂ, ਪੜ੍ਹੀ ਹੋਈ ਕਹਿੰਦੇ ਸੁਣ ਲੱਗ। ਕਹਿੰਦੇ ਇੱਕ ਅੰਧਾ ਸੀ ਜਿੱਥੋਂ ਇਹ ਕਹਿੰਦੀ ਜੀਰ ਦੀ ਗੱਲ ਬਣੀ, ਕਹਿੰਦੇ ਅੰਧਾ ਸੀ ਨਿਗਾਹ ਨਹੀਂ ਸੀ ਉਹ ਸੀ ਤੇ ਉਹਨੂੰ ਕੋਈ ਜਾ ਕੇ ਕਹਿੰਦਾ ਮੈਂ ਜੀਰ ਦੇਖੀ ਹੈ, ਕਹਿੰਦਾ ਮੇਰੀ ਤਾਂ ਨਿਗਾਹ ਹੈ ਹੀ ਨਹੀਂ, ਠੀਕ ਤਾਂ ਮੈਨੂੰ ਪਤਾ ਹੀ ਨਹੀਂ ਕਿਹੜੀ ਹੁੰਦੀ ਹੈ, ਆਹਦੀ ਜ਼ਰੂਰ ਹੈ। ਕਹਿੰਦਾ ਕਿਹੋ ਜਿਹੀ ਹੁੰਦੀ, ਕਹਿੰਦਾ ਚਿੱਟੀ ਹੁੰਦੀ ਹੈ, ਚਿੱਟੀ ਹੁੰਦੀ ਹੈ, ਕਹਿੰਦਾ ਚਿੱਟਾ ਰੰਗ ਹੁੰਦਾ ਉਹਦਾ, ਨਹੀਂ ਆਹਦੀ ਹੁੰਦੀ ਹੈ। ਕਹਿੰਦਾ ਚਿੱਟਾ ਹੁੰਦਾ, ਕਹਿੰਦਾ ਚਿੱਟਾ ਰੰਗ, ਕਹਿੰਦਾ ਜਿਹਦੀਆਂ ਅੱਖਾਂ ਹੀ ਨਹੀਂ ਉਹ ਚਿੱਟੇ ਕਾਲੇ ਕਿਸਮ ਚਿੱਟੇ ਅਕਾਰ ਦਾ ਕੀ ਪਤਾ, ਜਿਹਦੀਆਂ ਅੱਖਾਂ ਹੈ ਹੀ ਨਹੀਂ। ਉਹ ਕਹਿੰਦਾ ਮੈਂ ਬਗਲਾ ਦੇਖਿਆ, ਕਹਿੰਦਾ ਬਗਲਾ ਵੀ ਦੇਖਿਆ, ਕਹਿੰਦਾ ਬਗਲਾ ਚਿੱਟਾ ਹੁੰਦਾ, ਬਗਲਾ ਕਿਹਾ ਜਾਂਦਾ, ਕਹਿੰਦਾ ਉਹਨੇ ਆਪਣੀ ਬਾਂਹ ਬਣਾ ਲਈ, ਬਾਂਹ ਬਣਾ ਕੇ ਨਾ ਜਿਵੇਂ ਬਗਲੇ ਦੀ ਗੱਲ ਹੁੰਦੀ ਹੈ ਟੈਮ ਬਣਾ ਕੇ, ਕਹਿੰਦਾ ਬਗਲਾ ਇਹੋ ਜਾਂਦਾ। ਅੰਧੇ ਨੇ ਕੀ ਕੀਤਾ, ਉਹਦੀ ਬਾਂਹ ਦੇ ਉੱਤੇ ਹੱਥ ਦੇ ਉੱਤੇ ਤੇ ਜੇਬ ਕੇ ਦੇਖਿਆ ਵੀ ਇਹਦਾ ਕਹਿੰਦਾ ਟੇਢੀ ਜੀ ਹੈ, ਬਗਲਾ ਦਾ ਕਹਿੰਦਾ ਟੇਢਾ ਜਿਹਾ, ਕਹਿੰਦਾ ਤਾਂ ਜੀਰ ਵੀ ਟੇਢੀ ਹੋਊਗੀ, ਕਹਿੰਦਾ ਜੀਰ ਵੀ ਟੇਢੀ ਹੋਊਗੀ, ਕਹਿੰਦਾ ਇਹ ਨਹੀਂ ਮਕਾਣੀ, ਕਹਿੰਦਾ ਟੇਢੀ ਗੱਲ ਪਾਤੀ, ਕਹਿੰਦਾ ਇਹ ਟੇਢੀ ਜੀ ਦਾ ਮਤਲਬ ਹੈ ਜਿਹੜਾ ਬੰਦਾ ਜਿਸ ਬਾਣੀ ਦਾ ਪਤਾ ਹੀ ਨਹੀਂ, ਜਿਹਨੂੰ ਸੋਝੀ ਹੈ ਨਹੀਂ, ਜਿਵੇਂ ਜਿਹਦੀ ਨਿਗਾਹ ਨਹੀਂ ਹੈ, ਜਿਹਨੂੰ ਆਪਾਂ ਸਮਝਾਈਏ ਵੀ ਲੱਗ ਰਿਹਾ ਹੈ, ਜਿਹਨੂੰ ਲੱਗ ਰਿਹਾ ਹੈ, ਸੋ ਇਹ ਅਟਕਲਾਂ ਲਾਉਂਦੀਆਂ ਹਨ। ਜਿਹੜਾ ਬੰਦਾ ਬਾਣੀ ਦੀ ਜਿਹਨੂੰ ਰਸ ਆ ਜਾਵੇ, ਜਿਹੜਾ ਪਿਆਰ ਨਾਲ ਪੜ੍ਹਦਾ, ਜਿਹਦੇ ਅੰਦਰ ਸ਼ਰਧਾ ਹੈ, ਜਿਹਦੇ ਅੰਦਰ ਪਿਆਰ ਹੈ, ਜਿਹੜਾ ਬੈਠ ਕੇ ਆਪਣੇ ਮਨ ਨੂੰ ਟਿਕਾ ਸਕੇ ਸੰਗਤ ਦੇ ਵਿੱਚ, ਗੁਰੂ ਦੀ ਗੁਜਰੀ ਦੇ ਵਿੱਚ ਬੈਠ ਕੇ ਉਹਦੇ ਮਨ ਦੇ ਵਿੱਚ ਇਹ ਗੱਲ ਲੱਗਦਾ, ਰਹਿੰਦਾ ਸੰਗਤ ਤੋਂ ਹੀ ਲੰਘ ਜਾਂਦੀ ਹੈ ਸਾਰੀ। ਸੋ ਮੁੱਖ ਮੁੱਦਾ ਕੀ ਹੈ, ਮਨੁੱਖ ਮਨੋਰਥ ਕੀ ਹੈ, ਗੁਰੂ ਦੇ ਦਰਬਾਰ ਵਿੱਚ ਆਉਂਦਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਦਾ ਉਹ ਗੁਰੂ ਛੇਵੇਂ ਸਤਿਗੁਰਾਂ ਤੱਕ ਉਹਨਾਂ ਨੇ ਸੇਵਾ ਕੀਤੀ, ਤੀਜੇ ਪਾਤਸ਼ਾਹ ਤੋਂ ਲਾ ਕੇ ਛੇਵੇਂ ਸਤਿਗੁਰਾਂ ਤੱਕ ਉਹਨਾਂ ਨੇ ਦਰਸ਼ਨ ਕੀਤੇ ਹਨ ਸਤਿਗੁਰਾਂ ਦੇ, ਅਤੇ ਐਡਾ ਭਾਰਾ ਵਿਵਹਾਰ ਹੈ ਗੁਰਮੁਖ ਦਾ ਇਸ ਧਰਤੀ ਦੇ ਉੱਤੇ। ਜੇ ਕਿਸੇ ਨੇ ਗੁਰੂ ਭਗਤੀ ਦੇਖਣੀ ਹੋਵੇ, ਗੁਰੂ ਦੀ ਭਗਤੀ ਕਿਵੇਂ ਹੁੰਦੀ ਹੈ, ਗੁਰੂ ਦਾ ਪਿਆਰ ਕਿਵੇਂ ਪ੍ਰਾਪਤ ਹੁੰਦਾ, ਤਾਂ ਭਾਈ ਗੁਰਦਾਸ ਸਾਹਿਬ ਜੀ ਦੀ ਗੱਲ ਕਰ, ਇਹ ਤੋਂ ਵੱਡਾ ਗ੍ਰੰਥ ਹੈ ਹੀ ਕੋਈ ਨਹੀਂ। ਗੁਰੂ ਭਗਤੀ ਨੂੰ, ਗੁਰੂ ਦੇ ਬਖਸ਼ੇ ਗਿਆਨ ਨੂੰ ਇੰਨੇ ਸੁੰਦਰ ਤਰੀਕੇ ਨਾਲ ਉਹਨਾਂ ਨੇ ਵੇਖ ਕੇ ਗਿਆਨ ਕੀਤਾ ਨਾ, ਇੱਕ ਇੱਕ ਗੱਲ ਨੂੰ ਉਹ ਗਿਆਨ ਕਰਨ ਦੇ ਲਈ ਉਹ ਚਾਰ ਚਾਰ ਉਦਾਹਰਨਾਂ ਦਿੰਦੇ ਆ, ਫਿਰ ਬੰਦਾ ਹੱਥ ਜੋੜ ਕੇ ਨਮਸਕਾਰ ਕਰਦਾ, ਭਾਈ ਜੀ ਸਮਝ ਆ ਗਈ, ਉਹ ਤੱਤ ਸਮਝਾ ਦਿੰਦਾ। ਉਹਨਾਂ ਨੇ ਗੁਰਮਤੀ ਗੱਲ ਇੱਕੋ ਇੱਕ ਪੰਕਤੀ ਦੇ ਵਿੱਚ ਦੱਸਾ, ਦੇਖੋ ਕਿੰਨੀ ਵੱਡੀ ਗੱਲ ਕਹੀ। ਉਹ ਕਹਿੰਦੇ ਵੀ ਦੁਨੀਆਂ ਭਗਤੀ ਕਰਦੇ, ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਜੀ ਦੁਨੀਆਂ ਭਗਤੀ ਕਰਦੀ ਹੈ ਪਰ ਸਮਝ ਨਹੀਂ ਆਉਂਦੀ ਰੱਬ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਹੈ। ਕਹਿੰਦੇ ਭਾਈ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਵੀ ਕਰਨਾ ਕੀ ਹੈ, ਅਸੀਂ ਦੁਨੀਆਂ ਆਉਂਦੀ ਹੈ
ਸਾਧ ਸੰਗਤ ਵਿੱਚ ਆਉਂਦੀ ਹੈ, ਜਲ ਧਾਰਾ ਕਰਦੀ ਹੈ, ਕਿਸੇ ਜਗ੍ਹਾ ਦੇ ਵਿੱਚ ਜਾਂਦੀ ਹੈ, ਪੁੱਛ ਕੇ ਵੇਖੋ। ਬਾਬਾ ਜੀ ਨੇ ਵੀ ਬਾਣੀ ਦੇ ਵਿੱਚ ਲਿਖ ਦਿੱਤਾ, ਜੋਗੀ ਜੁਗਤ ਨਾ ਜਾਣੈ ਅੰਤ। ਜਿਹੜਾ ਜੋਗੀ ਹੈ, ਜੋਗੀ ਜੰਗਲਾਂ ਦੇ ਵਿੱਚ ਚਲੇ ਜਾਂਦਾ, ਗ੍ਰਸਤ ਵੀ ਤਿਆਗ ਦਿੱਤਾ, ਰੋਟੀ ਪਾਣੀ ਵੀ ਤਿਆਗ ਦਿੱਤੀ, ਤਨ ਦੇ ਕੱਪੜੇ ਵੀ ਤਿਆਗ ਦਿੱਤੇ, ਪਰ ਪਤਾ ਹੀ ਨਹੀਂ ਵੀ ਜੁਗਤ ਕਿਹੜੀ ਹੈ। ਬ੍ਰਹਮ ਵਾਹਿਗੁਰੂ ਦੀ ਪ੍ਰਾਪਤੀ ਦੀ ਅੰਨਿਆਂ ਵਾਂਗ ਦੁਨੀਆਂ ਜਿਹੜੀ ਹੈ ਜ਼ਿੰਦਗੀ ਘਾ ਦਿੱਤੀ। ਜੋਗੀ ਜੁਗਤ ਨਾ ਜਾਣੈ ਅੰਤ, ਇਹਨਾਂ ਦੇ ਉੱਤੇ ਆਧਾਰ ਦਿੱਤੀ ਗੁਰੂ ਬਾਬਾ ਜੀ ਨੇ। ਕਹਿੰਦੇ ਕਾਲੀ ਕੂੜ ਬੋਲ ਉੱਠ ਖਾਏ, ਕਾਲੀ ਹੈ ਜਿਹੜਾ ਉਹ ਝੂਠ ਬੋਲਦਾ ਹੈ, ਦੁਸ਼ਮਣਾਂ ਨੂੰ ਕੀ ਉਪਦੇਸ਼ ਦਊਗਾ, ਉਹ ਵੱਢੀ ਲੈ ਕੇ ਖਾਂਦਾ, ਵੱਢੀ ਲੈ ਕੇ ਹੱਥ ਗਵਾਏ, ਮੁਸਲਮਾਨਾਂ ਨੂੰ ਕੀ ਸਿਖਾਵੇਗਾ, ਜਿਹੜਾ ਕਾਜੀ ਸਿਖਾਉਣ ਵਾਲੇ ਦਾ ਇਹ ਹਾਲ ਹੈ। ਫਿਰ ਕਹਿੰਦੇ ਨੇ ਬ੍ਰਾਹਮਣ ਦਾ ਹੈ ਜੀਆ ਘਾਏ, ਬ੍ਰਾਹਮਣ ਦਾ ਆਉਣ ਜਾਂਦਾ ਤੀਰਥਾਂ ਤੇ, ਪਰ ਲੋਕਾਂ ਦੇ ਕਤਲ ਕਰਦਾ, ਉਹ ਲੋਕਾਂ ਤੋਂ ਪੈਸੇ ਲੈ ਲੈ ਕੇ ਖਾਂਦਾ, ਕਤਲ ਕਰਦਾ। ਬ੍ਰਾਹਮਣ ਆ ਵੇਦ ਪੜ੍ਹਦਾ, ਲੋਕਾਂ ਨੂੰ ਕੀ ਪੜ੍ਹਾਵੇਗਾ। ਜੋਗੀ ਜੁਗਤ ਨਾ ਜਾਣੈ ਅੰਤ, ਜੋਗੀ ਹੈ ਚੱਪਲਾਂ 'ਚ ਬਹਿ ਜਾਂਦਾ ਤੇ ਮਨ ਦੇ ਵਿੱਚ ਕਾਮ ਘੁੰਮਦਾ, ਕ੍ਰੋਧ ਘੁੰਮਦਾ, ਲੋਭ ਘੁੰਮਦਾ, ਕਾਲੀ ਯੁਗਤ ਹੈ ਸਾਰੀ ਉਮਰ ਕਵਾਲੀ। ਕਿਤ ਕਾਰਨ ਸਿਰ ਸ਼ਾਹੀ ਪਾਈ, ਕਿਸ ਕਾਰਨ ਕਰਕੇ ਆਪਣੇ ਸਿਰ 'ਚ ਸੁਆਹ ਪਾਈ, ਜੋਗ ਦੀ ਯੁਗਤਾ ਹੀ ਨਹੀਂ ਪਤਾ। ਸੋ ਭਾਈ ਸਾਹਿਬ ਨੇ ਬੜਾ ਸੁੰਦਰ ਵਚਨ ਉਚਾਰਨ ਕੀਤਾ। ਜਦੋਂ ਪੁੱਛਿਆ, ਭਾਈ ਸਾਹਿਬ ਕਹਿੰਦੇ ਵੀ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਜੁਗਤੀ ਕੀ ਹੈ, ਵਾਹਿਗੁਰੂ। ਉਹਨਾਂ ਦਾ ਇੱਕੋ ਵਚਨ ਬੜਾ ਸੋਹਣਾ, ਇਹੋ ਜਿਹੀ ਵਚਨ ਉਹ ਕੱਢਦੇ ਨੇ ਨਾ, ਲਿਖਦੇ ਨੇ, ਬੱਚੇ ਤੋਂ ਲਾ ਕੇ ਬੁੱਢੇ ਤੱਕ ਮਨ ਦੇ ਵਿੱਚ ਗੱਲ ਪੈ ਜਾਂਦੀ ਹੈ, ਭੁੰਦਾ ਨਹੀਂ, ਸਾਰੀ ਉਮਰ ਨਹੀਂ ਭੁੰਦਾ ਉਸਦਾ। ਇੱਕ ਭਾਈ ਸਾਹਿਬ ਜਿਹੜੇ ਆਪਾਂ ਪੜ੍ਹਦੇ ਹਾਂ ਨਾ, ਪਿੰਡਾਂ ਦੇ ਵਿੱਚ ਦੇਖਦੇ ਹਾਂ, ਪਿੰਡਾਂ ਦੇ ਵਿੱਚ ਬਰਮੀਆਂ ਦੇਖੀਆਂ ਨੇ ਨਾ, ਬਰਮੀਆਂ ਹੁੰਦੀਆਂ ਨੇ, ਉੱਚੀਆਂ ਉੱਚੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸੱਪ ਨੱਠ ਕੇ ਵੜ ਜਾਂਦਾ ਕਈ ਵਾਰ। ਇਹ ਪਿੰਡਾਂ ਦੇ ਲੋਕ ਡਾਂਗ ਲੈ ਕੇ ਮਗਰ ਪੈ ਜਾਂਦੇ ਵੀ ਸੱਪ ਇਸ ਫੰਡ 'ਚ ਵੜਿਆ, ਜੋ ਮਾਰ ਮਾਰ ਡਾਂਗਾ ਬਰਮੀਆਂ ਢਾ ਦਿੰਦੇ ਨੇ। ਸੱਪ ਸੱਪ ਦਾ ਪਤਾ ਨਹੀਂ ਕਿੱਥੇ ਚਲੇ ਜਾਂਦਾ, ਬਰਮੀ ਦੇ ਵਿੱਚ ਸੈਂਕੜੇ ਗਲੀਆਂ ਹੁੰਦੀਆਂ ਨੇ, ਹੇਠਾਂ ਨੂੰ ਪਤਾ ਨਹੀਂ ਧਰਤੀ ਦੇ ਵਿੱਚ ਕਿੱਥੇ ਚਲਿਆ ਜਾਂਦਾ। ਇਹਨੂੰ ਸਾਹ ਦੀ ਪ੍ਰੋਬਲਮ ਨਹੀਂ ਹੈ, ਖਾਣਾ ਚਾਰ ਕਰਦੇ ਨੇ, ਪਾਣੀ ਵਿੱਚ ਪਿਆ ਰਹੇ, ਇਹਨੂੰ ਸਾਹ ਦੀ ਪ੍ਰੋਬਲਮ ਨਹੀਂ, ਸੱਪ ਨੂੰ ਹੈ ਮਿੱਟੀ ਦੇ ਵਿੱਚੋਂ ਚਮੜੀ ਹੋਏ ਦੀ ਸਾਹ ਲੈਣ ਲੱਗ ਜਾਂਦੀ, ਨਾ ਵੀ ਹਵਾ ਵੇਲੇ ਮਰਦਾ ਨਹੀਂ ਹੈ, ਸੋ ਮਿੱਟੀ ਦੇ ਵਿੱਚ ਹੀ ਰਹਿੰਦਾ। ਸੋ ਚਲੇ ਗਿਆ ਅਤੇ ਕਹਾਂ, ਕਿਸੇ ਸਿਆਣੇ ਨੇ ਪੁੱਛਿਆ ਵੀ ਡਾਂਗਾ ਮਾਰਦਾ ਕਾ ਅਤੇ ਬਰਮੀ ਨੇ ਕਾਹਦੇ ਡਾਂਗਾ ਮਾਰਦਾ, ਕਹਿੰਦੇ ਸੱਪ ਮੜਿਆ, ਬਰਮੀ ਪੁੱਟ ਦਿੱਤੀ ਕਹਿੰਦੇ ਸੱਪ ਮਰ ਗਿਆ, ਕਹਿੰਦਾ ਪਤਾ ਨਹੀਂ। ਭਾਈ ਗੁਰਦਾਸ ਉੱਥੇ ਲਿਖਦੇ ਨੇ ਕਿ ਬਰਮੀ ਮਾਰੀ ਨਾ ਮੜੈ, ਬੈਠਾ ਜਾਏ ਪਤਾਲ ਹੋਏਗਾ। ਬਰਮੀ ਦੇ ਮਾਰ ਨਾਲ ਸੱਪ ਕਿਵੇਂ ਮਰ ਜੂ, ਉਹ ਤਾਂ ਜਾ ਕੇ ਪਤਾਲ 'ਚ ਵੜ ਗਿਆ, ਹੁਣ ਪਤਾਲ 'ਚ ਕਿਹੜਾ ਜਾਊਗਾ। ਇਹ ਸਰੀਰ ਹੈ ਇੱਕ ਬਰਮੀ ਦੀ ਤਰ੍ਹਾਂ, ਇਹਦੇ ਵਿੱਚ ਬੈਠਾ ਕਾਮ ਸੱਪ, ਇਹਦੇ ਵਿੱਚ ਬੈਠਾ ਕ੍ਰੋਧ ਰੂਪ ਸੱਪ ਬਣਿਆ, ਲਾਲਚ ਬੈਠਾ ਮੋਹ ਬੈਠਾ। ਜਿਹੜੀ ਚੀਜ਼ ਮਾਰਨੀ ਹੈ ਉਹ ਤਾਂ ਆਪਾਂ ਮਾਰਦੇ ਨੇ, ਸਰੀਰ ਨੂੰ ਤਪੱਸਿਆ ਨਾਲ ਸਾੜ ਦੇਣਾ, ਪਾਥੀਆਂ ਦੇ ਰਾਕੇ ਆਲੇ ਦੁਆਲੇ ਅਗਨੀ ਦੇ ਵਿੱਚ ਸਰੀਰ ਨੂੰ ਤਪਾਈ ਜਾਣਾ, ਠੰਡੀ ਜਲ ਧਾਰਾ ਦੇ ਵਿੱਚ ਪਾ ਕੇ ਸਰੀਰ ਨੂੰ ਠੰਡਾ ਕਰ ਦੇਣਾ, ਇਹਦੇ ਨਾਲ ਕਾਮ ਮਰਦਾ, ਨਾ ਕ੍ਰੋਧ ਮਰਦਾ, ਨਾ ਲੋਭ ਮਰਦਾ, ਨਾ ਮੋਹ ਮਰਦਾ, ਕਿਹੜੀ ਚੀਜ਼ ਨਾਲ ਮਰੂਗੀ। ਹੁਣ ਜਿਹੜਾ ਸਰੀਰ ਹੈ, ਸਰੀਰ ਤਾਂ ਸਥੂਲ ਹੈ, ਸਥੂਲ ਸਰੀਰ ਨੂੰ ਆਪਾਂ ਜਿਹੜੀ ਇਹਦੇ ਅੰਦਰ ਸੂਖਮ ਚੀਜ਼ਾਂ ਨੇ, ਸਥੂਲ ਸਰੀਰ ਸਰੀਰ ਨੂੰ ਦੁੱਖ ਦੇ ਕੇ ਸੂਖਮ ਨੂੰ ਕਿਵੇਂ ਪੜਾਉਂਦੇ। ਕਾਮ ਦਾ ਕਾਮ ਦਾ ਜਿਹੜਾ ਹੈ ਅੰਦਰ ਫਿਰਦਾ, ਲਾਲਚ ਅੰਦਰ ਫਿਰਦਾ ਹੈ, ਜੇ ਸਰੀਰ ਨੂੰ ਪੜ ਕੇ ਭੁੱਖਾ ਰੱਖਿਆ ਤਾਂ ਸਰੀਰ ਦੇ ਨਾਲੇ ਜਿਹੜਾ ਮਨ ਹੈ ਉਹਨੇ ਵੀ ਠੰਡਾ ਹੋ ਜਾਣਾ, ਤੇ ਜਦੋਂ ਸਰੀਰ ਨੂੰ ਤਾਕਤ ਮਿਲੀ, ਮਨ ਦੀ ਤਾਕਤ ਹੋ ਗਿਆ, ਕਾਮ ਦੀ ਤਾਕਤਵਰ ਬਣ ਗਿਆ, ਲੋਭ ਵੀ ਬਣ ਗਿਆ ਤਾਕਤਵਰ, ਮੋਹ ਵੀ ਬਣ ਗਿਆ। ਭਾਈ ਗੁਰਦਾਸ ਸਾਹਿਬ ਜਿਹੜਾ ਲੋਕਾਂ ਦਰਸਾ ਰਹੇ ਨੇ ਕਿ ਗਰਮੀ ਮਾਰੀ ਨਾ ਬਣਾ, ਬੈਠਾ ਜਾਏ ਪਤਾਲ ਹੋਇਆ, ਗਰਮੀ ਮਾਰਨ ਨਾਲ ਸਰੀਰ ਨੂੰ, ਸਰੀਰ ਦੇ ਉੱਤੇ ਭੇਦ ਪਾਉਣ ਦੇ ਨਾਲ, ਸਰੀਰ ਨੂੰ ਦੁੱਖ ਦੇਣ ਨਾਲ, ਸਰੀਰ ਨੂੰ ਤੰਗ ਕਰਨ ਦੇ ਨਾਲ ਕਾਮ ਨੇ ਨਹੀਂ ਫੜਿਆ ਜਾਣਾ, ਕ੍ਰੋਧ ਨੇ ਨਹੀਂ ਫੜਿਆ ਜਾਣਾ, ਲੋਭ ਨੇ ਨਹੀਂ ਫੜਿਆ ਜਾਣਾ। ਇਹ ਕਿਵੇਂ ਫੜ ਹੋਊਗਾ, ਇਹ ਗੁਰ ਸ਼ਬਦ ਨਾਲ ਫੜ ਹੋਊਗਾ। ਜਿਹੜਾ ਬਾਬਾ ਜੀ ਕਹਿੰਦੇ ਨੇ ਨਾ, ਮੂਲ ਸਰੀਰ ਕੱਪੜ ਹੋਏ ਤੇ ਸਾਬੂਣ ਲਈਆ ਧੋਏ, ਜੇ ਕੱਪੜਾ ਮਲੀਨ ਹੋ ਜਾਵੇ ਨਾ ਚੀਜ਼ਾਂ ਦੇ ਨਾਲ, ਉਹ ਸਾਬਣ ਦੇ ਨਾਲ ਧੋ ਲਈਦਾ। ਭਰੀਆ ਮਤ ਪਾਪਾਂ ਕਹਿ ਸੰਗ ਤੇ ਮੰਤਰ ਸਤਿਗੁਰੂ ਜੀ ਨੇ ਮਹਿਸੂਸ ਕੀਤਾ, ਭਰੀਆ ਮਤ ਪਾਪਾਂ ਕਹਿ ਸੰਗ, ਜਿਹਦੀ ਮਤ ਪਾਪਾਂ ਦੇ ਨਾਲ ਭਰ ਜਾਵੇ,
ਜੇ ਉਹ ਸਰੀਰ ਨੂੰ ਗੰਗਾ ਦੇ ਉੱਤੇ ਨਹਾਉਣ ਕਰੇ ਜਿਵੇਂ ਪਰਮਾਤਮਾ ਉੱਤੇ ਰਹੂਗੀ। ਸਰੀਰ ਦੇ ਧੋਣ ਦੇ ਨਾਲ ਮਨ ਕਿਵੇਂ ਸਾਫ਼ ਹੋ ਜਾਵੇ? ਮਨ ਮੈਲਾ ਜਿਹੜਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਵੇ। ਜਿਹੜਾ ਮਨ ਮੈਲਾ, ਤਨ ਦੇ ਧੋਣ ਨਾਲ ਮਨ ਕਿਵੇਂ ਮੈਲਾ 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 ਮਨ ਜਿਹੜਾ ਉਹ ਕਿਵੇਂ ਧੋਤਾ ਜਾਵੇਗਾ? ਤੇ ਇਸ ਕਰਕੇ ਬਾਬਾ ਜੀ ਕਹਿੰਦੇ ਮੂਰਤੀ ਕੱਪੜ ਹੋਏ ਤੇ ਸਾਬੁਣ ਲਈਆ ਧੋਏ ਭਰੀਏ ਮਨ ਬਾਬਾ ਕੈ ਸੰਗ ਉਹ ਧੋਪੈ ਨਾਵੈ ਕਹਿ ਰੰਗ। ਕਹਿੰਦੇ ਨਾਵੈ ਕਹਿ ਰੰਗ ਕਿਹਾ, ਨਾਮ ਦੇ ਪਿਆਰ ਵਿੱਚ, ਨਾਮ ਨਾਲ ਪਿਆਰ ਕਰਨਾ ਹੈ, ਸੱਚ ਨਾਲ ਪਿਆਰ ਕਰਨਾ, ਗੁਰੂ ਨਾਲ ਪਿਆਰ ਕਰਨਾ, ਪਿਆਰ ਨਾਮ ਦੇ ਰੰਗ ਵਿੱਚ, ਨਾਮ ਨਾਲ ਪਿਆਰ ਹੈ ਜਿਹੜਾ, ਪਿਆਰ ਦੇ ਨਾਲ ਮਨ ਦੇ ਵਿਕਾਰ ਧੋਣੇ, ਪਿਆਰ ਨਾਲ ਮਨ ਦਾ ਸੱਪ ਹੈ ਜਿਹੜਾ ਕਾਮ ਦਾ ਉਹ ਕਾਬੂ ਕਰਨਾ, ਕ੍ਰੋਧ ਨੂੰ ਕਾਬੂ ਕਰਨਾ। ਸਤਿਗੁਰ ਸ਼ਬਦ ਕ੍ਰੋਧ ਜਲਾਵੈ, ਗੁਰੂ ਦਾ ਸ਼ਬਦ ਹੈ ਜਿਹੜਾ ਇਹ ਠੰਡ ਪਾ ਦਿੰਦਾ, ਕ੍ਰੋਧ ਨੂੰ ਖਤਮ ਕਰ ਦਿੰਦਾ, ਕਾਮ ਨੂੰ ਖਤਮ ਕਰ ਦਿੰਦਾ। ਇਹ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਇਸ ਕਰਕੇ ਆਪਾਂ ਗੁਰਦੁਆਰੇ ਆਉਂਦੇ ਹਾਂ, ਜਿਹੜਾ ਉਪਦੇਸ਼ ਸਤਿਗੁਰੂ ਦਾ ਲੈਂਦੇ ਨਾ, ਸਾਰੇ ਮਾਈ ਭਾਈ ਜਿੰਨੇ ਆਉਂਦੇ ਹਾਂ ਆ ਕੇ ਇਹ ਗੱਲ ਲੱਭਣੀ ਹੈ। ਗੁਰੂ ਉਪਦੇਸ਼ ਸੁਣ ਲਿਆ ਤਾਂ ਉਪਦੇਸ਼ ਸੁਣ ਕੇ ਆਪਣੇ ਮਨ ਦੇ ਵਿੱਚ ਇਹ ਗੱਲ ਵਸਾਉਣੀ ਹੈ ਵੀ ਮੈਂ ਸ਼ਬਦ ਪੜ੍ਹਿਆ ਵੀ ਗੁੱਸਾ ਕਿੰਨੀ ਵਾਰ ਆਇਆ। ਜੇ ਗੁੱਸਾ ਆਉਂਦਾ ਹੈ ਕਾਬੂ ਕਰਦੇ ਲਈ ਬੈਠ ਕੇ ਪਾਠ ਕਰਨਾ ਸ਼ੁਰੂ ਕੀਤਾ ਵੀ ਆਉਂਦਾ ਕਿਉਂ ਹੈ? ਜੇ ਸ਼ਬਦ ਦੀ ਵਿਚਾਰ ਕਰਾਂਗੇ, ਵਿਚਾਰ ਦੇ ਵਿੱਚ ਪਾ ਲਈ ਸੁਣ, ਦੇਖੋ ਆਪਾਂ ਫਰੀਵੇ ਤੇ ਜਾਂਦੇ ਹਾਂ ਨਾ, ਫਰੀਵੇ ਤੇ ਜੇ ਪੁਲਿਸ ਵਾਲਾ ਨਾ ਮਿਲੇ 50 ਮੀਲ ਤੱਕ ਆਪਾਂ ਗੱਡੀ 80 ਤੇ 85 ਤੇ 90 ਤੱਕ ਖਾਈ ਜਾਂਦੇ, ਆਪਾਂ ਨੂੰ ਪਤਾ ਵੀ ਕੋਈ ਪੁੱਛਦਾ ਨਹੀਂ ਹੈ। ਪਰ ਜਦ ਇੱਕ ਵਾਰ ਬੱਤੀਆਂ ਦਿਖੀਆਂ ਨਾ, ਕੋਈ ਪਿੱਛੇ ਆਉਂਦਾ ਐਂ ਲੀਗਲ ਸਪੀਡ ਤੇ ਆ ਜਾਂਦੀ, ਕੋਈ ਗੱਡੀ ਚਲਾਉਂਦਾ ਨਹੀਂ, ਆਪਾਂ ਨੂੰ ਪੁੱਛਣ ਲੱਗ ਜਾਂਦਾ ਕਿ ਜੇ ਆ ਗਿਆ ਟਿਕਟ ਮਿਲ ਜਾਣੀ ਹੈ, ਇੰਸ਼ੋਰੈਂਸ ਵੱਧ ਜਾਣੀ ਹੈ, ਖਰਚੇ ਵੱਧ ਜਾਣੇ, ਸਾਰੇ ਪਤਾ ਨਾ। ਜਿਹੜਾ ਬੰਦਾ ਪਾਠ ਕਰਦਾ ਹੈ, ਪਾਠ ਕਰਨ ਕਰਕੇ ਇਹ ਪੁਲਿਸ ਹੈ, ਪੁਲਿਸ ਦਾ ਕੁੰਡਾ, ਗੁਰੂ ਦਾ ਹੁਕਮ ਦਾ ਕੁੰਡਾ ਹੈ ਜਿਹੜਾ ਮਨ ਦੇ ਉੱਤੇ ਰਹਿੰਦਾ। ਕੋਈ ਸ਼ਬਦ ਪੜ੍ਹਦਾ ਸਿੱਖ, ਜੇ ਮੈਂ ਇਹਨੂੰ ਤੰਗ ਕੀਤਾ ਤਾਂ ਮੇਰੇ ਤੇ ਡੰਡਾ ਸਿਰ ਦੇ ਉੱਤੇ ਵੱਜਣਾ ਹੀ। ਜੈ ਸਾਧੂ, ਗੁਰੂ ਦਾ ਵਚਨ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਰਾਹੋਂ ਰਾਹੋਂ ਰਹਿ ਛੁੱਟੈ ਜਿਤਨਾ ਜਾਇ। ਜਿੱਥੇ ਜਿਹੜਾ ਸਾਧੂ, ਜਿੱਥੇ ਸਾਧ ਸੰਗਤ ਹੈ, ਨਾਮ ਜਪਣ ਵਾਲਾ ਗੋਬਿੰਦ ਭਜਨ, ਵਾਹਿਗੁਰੂ ਦੀ ਬਾਣੀ ਦਾ ਭਜਨ ਜਪਦਾ ਹੈ ਕੋਈ ਪ੍ਰਾਣੀ, ਕੀਰਤਨ ਨਾਨਕ ਦੀ, ਜਿੱਥੇ ਕੋਈ ਕੀਰਤਨ ਕਰਦਾ, ਉਸਤੀ ਕਰਦਾ, ਵਡਿਆਈ ਕਰਦਾ ਹੈ ਸਤਿਗੁਰਾਂ ਦੀ, ਉੱਥੇ ਨੀਤ ਤੋਂ ਭਾਵ ਹੈ ਰੋਜ਼ ਰਾਹੋਂ ਰਾਹ ਤੋਂ ਲੈ ਛੁੱਟੇ। ਉੱਥੇ ਧਰਮਰਾਜ ਕਹਿੰਦਾ, ਧਰਮਰਾਜ ਜਮਦੂਤਾਂ ਨੂੰ ਕਹਿੰਦਾ ਵੀ ਤੁਸੀਂ ਉੱਥੇ ਨੇੜੇ ਨਾ ਜਾਇਓ, ਉਸ ਬੰਦੇ ਦੇ ਉਸ ਥਾਂ ਦੇ ਨੇੜੇ ਨਾ ਜਾਇਓ, ਕੀਰਤਨ ਦੇ ਨੇੜੇ ਨਾ ਜਾਇਓ। ਜੇ ਚਲੇ ਗਏ ਤਾਂ ਨਾ ਮੈਨੂੰ ਛੱਡਣਾ ਵਾਹਿਗੁਰੂ ਨੇ, ਨਾ ਤੁਹਾਨੂੰ ਛੱਡਣਾ, ਨਾਮ ਜਪਣ ਵਾਲੇ ਦੇ ਨੇੜੇ ਨਹੀਂ ਜਾਣਾ, ਨਾਮ ਜਪਿਆ ਜਾਂਦਾ ਉੱਥੇ ਨੇੜੇ ਨਹੀਂ ਜਾਣਾ। ਸੋ ਜਿੱਥੇ ਨਾਮ ਜਪਦਾ ਕੋਈ, ਇਹ ਵਾਹਿਗੁਰੂ ਦੀ ਪੁਲੀਸ ਹੈ, ਕੁੰਡਾ ਹੈ, ਉਹ ਕੁੰਡਾ ਉਹਦੇ ਨੇੜੇ ਕੋਈ ਚੀਜ਼ ਨਹੀਂ ਆਉਂਦੀ, ਕੋਈ ਦੁੱਖ ਨਹੀਂ ਆਉਂਦਾ, ਕੋਈ ਕਲੇਸ਼ ਨਹੀਂ। ਇਹ ਗੱਲਾਂ ਯਾਦ ਰੱਖਣੀਆਂ ਹਨ। ਸੋ ਥੋੜ੍ਹਾ ਜਿਹਾ ਸਮਾਂ ਰਹਿੰਦਾ ਹੈ, ਆਓ ਆਪਾਂ ਇਤਿਹਾਸ ਜਿਹੜਾ ਲਗਾਤਾਰ ਪੜ੍ਹ ਰਹੇ ਹਾਂ, ਵਿਚਾਰ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ, ਉਹਨੂੰ ਆਪਾਂ ਯਾਦ ਕਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ, ਜਿਹਨਾਂ ਨੂੰ ਧਰਮ ਦੀ ਚਾਦਰ ਕਿਹਾ ਗਿਆ, ਜਿਹਨਾਂ ਨੇ ਆਪਣੇ ਸਰੀਰ ਦੀ ਪ੍ਰਵਾਹ ਨਾ ਕਰਦਿਆਂ ਹੋਇਆ, ਸਰੀਰ ਦਾ ਚਮੜਾ ਹੈ ਜਿਹੜਾ ਸਰੀਰ ਹੈ, ਇਹ ਔਰੰਗਜ਼ੇਬ ਦੀ ਸਜ਼ਾ ਦੇ ਬਾਅਦ ਕੇ ਭੰਨ ਦਿੱਤਾ, ਠੀਕ ਹੈ ਸਰੀਰ ਦਾ, ਉਸ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ, ਉਹਨਾਂ ਦਾ ਪਰਮਕਾਰ ਆਪਾਂ ਸਾਰੇ ਯਾਦ ਕਰ ਰਹੇ ਹਾਂ। ਪਿਛਲੇ ਸਮੇਂ ਦੇ ਵਿੱਚ ਆਪ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿਆਰੇ ਸਿੱਖ ਸਨ ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾਸ ਜੀ, ਇਹਨਾਂ ਦੀ ਸ਼ਹੀਦੀ ਬੜੀ ਹੈ, ਇਹਨਾਂ ਦੀ ਸ਼ਹੀਦੀ ਸਰਵਣ ਕੀਤੀ ਹੈ, ਅਤੇ ਔਰੰਗਜ਼ੇਬ ਹੈ ਜਿਹੜਾ ਉਹ ਪੂਰਾ ਜ਼ੋਰ ਲਾ ਰਿਹਾ ਵੀ ਕਿਸੇ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੈਂ ਇਸਲਾਮ ਦੇ ਦਿੱਤਾ ਹੈ। ਮਹਾਰਾਜ ਨੇ ਉਹ ਦਰਸਾ ਦਿੱਤਾ ਕਿ ਤਿੰਨ ਵਣ ਜਿਹੜੀਆਂ ਮਿਰਚਾਂ ਨੇ ਕਾਲੀਆਂ ਉਹ ਲਿਆ, ਉਹਨੂੰ ਸਾੜ ਦੇ ਅਤੇ ਸਾੜ ਕੇ ਫਿਰ ਸਾਡੇ ਕੋਲ ਆਇਆ। ਤਿੰਨ ਵਣ ਕਾਲੀਆਂ ਮਿਰਚਾਂ ਸਨ ਜਿਹੜੀਆਂ ਉਹ ਅਗਨੀ ਦੇ ਵਿੱਚ 24 ਘੰਟੇ ਸਾੜੀਆਂ ਗਈਆਂ, ਅਤੇ ਜਦੋਂ ਸਾੜ ਕੇ ਲਿਆਂਦੀਆਂ ਗਈਆਂ, ਕਹਿੰਦੇ ਇਹਨੂੰ ਕਾਪੜ ਛਾਣ ਕਰਕੇ ਲਿਆਓ, ਕਾਪੜ ਦੇ ਵਿੱਚ ਛਾਣ ਕੇ ਲਿਆਂਦੀਆਂ ਗਈਆਂ, ਤਿੰਨ ਮਿਰਚਾਂ ਵਰਤੀਆਂ। ਇਹਦੇ ਪਤਾ ਲੱਗਿਆ ਕੁਛ,
कहता नहीं, राजे कहता नहीं, कहता सतगुरु जी कहने लगे कि जिन्ना तू जुर्म कर रहे हैं, जिन्ना तू पाप कर रहे हैं, तू इन्ना कर नहीं सकता जिन्ना यह मिर्चा ने सहारे। असली के 24 घंटे रहियां ने, इन्ना कहते जुर्म होना नहीं है, इन्ना जुर्म नहीं तू कर सकता। इनी अग्नि के बिचों 3 बजदियां ने, तू 2 तों 1 करना चाहना है, ये 3 बजदियां है। तीजे धर्म का इशारा भी तीजा पंथ एक होर पैदा हो जाना। रामदेव सड़क कोले हो गया, कोले हो गया सड़क, जिन्ना मर्जी जोर ला ली कहते तू नहीं कुछ कर सकता। गुरु गोबिंद सिंह महाराज सच्चे पातशाह जी ने जदों बहादुर शाह तख्त ते बह गया ना, महाराज दी असीसां नाल बैठे, महाराज ने जंग दे विच सिंह भेजे, आ गए मुलाकात हुई ते महाराज नाल वचन कीता सी कि महाराज मैं आपकी शर्त मन्नांगा, मैनूं बादशाह बना दो। महाराज कहते शर्त तैनूं बाद च दसांगे, ते बादशाह बन लगा पहला। जदों तीर महाराज दे तीर नाल तारा जी मारिया गया, सिंघां दी मदद दे नाल बादशाह तख्त दे उत्ते बैठा, ताज भी महाराज ने रखिया उहदे बादशाह दे शीश दे उत्ते, ते बादशाह नूं गुरु साहिब जी ने 17 बंदिआं दी लिस्ट दित्ती, जिन्हां दे विच वजीर खां, चाचल मेर, बादशाह दे साहिबजादिआं नूं शहीद करन वाले, सतगुरु गुरु तेग बहादुर महाराज नूं शहीद करन वाले, जालम जिहड़े सन, जलाद समाणे दे उह वी सन, इह उह वड्डे वड्डे 17 बंदे सी। जदों वजीर खां दा नाम पढ़िआ बादशाह ने कंब गिआ, जिहड़ा सरहंद हो गया, लाहौर हो गया, काबल हो गया, इन्हां दे सूबे लई मदद करन वाले ने, जे इन्हां नूं फड़ के अंदर दे दित्ता तां इहदा राज बराबर हो जाऊ, अजे कल वैसे तख्त दे उत्ते बैठे ते टाल मटाला करन लग गया, टाल मटाला करन लग गया। कहिंदा महाराज तेरे राज बराबर हो जाऊ, इह मैं कर नहीं सकदा। कहिंदे फिर वादा तेरा काहदा होया, असीं अपना वादा पूरा कीता, तूं वादे तों मुक्क होणा, कर नहीं मैं सकदा। कहते जी मैंने सेवा कर दो, समा दे दो मैं थोड़ा जा। महाराज ने वो भरे दरबार के, पहली गल तो भी दरबार के मुगलों के दरबार के कोई घोड़े से चढ़ के जाए नहीं सकता, दूजी गल शस्त्रधारी होकर नाल सूरमे लेके नहीं सी दरबार जा सकता। महाराज घोड़े से सवार होकर वो दरबार च गए, सारे सिंधा सने शस्त्र लेके गए, सारे रूल मुगलों के तौड़े, ते उत्ते दरबार दे विच बैठिया ने हजूर ने कहा लै बादशाह बहादुर शाह सुन लै, कहिंदे इक्को ही बंदा भेजूं, इक्को ही भेजूं, तूं नाल उहनां दी पिट ठोकनी, जिहड़े 17 ने उहनां नूं बचा ली, जिन्ना बचाउणा इह 6 महीने लगणे, 6 महीने दे अंदर खत्म हो जाए, ला ली जोर जिन्ना तूं जोर लाउणा ला। बाबा बंदा बहादुर महाराज ने थापड़ा दे के तोड़िया, 5 तीर नाल दित्ते, जिथे लौड़ पीर ला दी थोड़े बिच ही असं वरता, 6 महीनों के अंदर 17 का मुश्किल नहीं लगे। वजीर खान का हाथ तुम देखा, वजीर खान बहुत पिछले पा के पीसिया, जिन्हें दोषी से सारे सारे सुचा ना, तो वजीर खान जलालोदी समाणे के पानी पाते सब 6 महीने च खत्म करते बाबे पिछले इन्ना बल हुकूमत सी जिहड़ी इह देखदी सी जे इह सिख ने जिहड़े शहीद करदे इन्हां दी शहीदी नूं देख के गुरु दा हिरदा कम जाऊ। ਦੋ ਪਾੜ ਕਰ ਦਿੱਤਾ ਗਿਆ, ਇੱਕ ਸਿੱਖ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ, ਤੇ ਇੱਕ ਨੂੰ ਹੱਥ ਪੈਰ ਬੰਨ ਕੇ ਡੇਗ ਦੇ ਵਿੱਚ ਉਬਾਲ ਦਿੱਤਾ ਗਿਆ। ਇੱਡੀ ਭਿਆਨਕ ਸਜ਼ਾ ਦੇਖ ਕੇ ਗੁਰੂ ਸਮਝਿਆ ਵੀ, ਔਰ ਨਾਲ ਭਾਈ ਜੇਤਾ ਤੇ ਭਾਈ ਸਾਹਿਬ ਕਹਿੰਦੇ ਦੋ ਸਨ। ਜਦੋਂ ਦੋ ਸਿੱਖ ਸ਼ਹੀਦ ਹੋ ਗਏ ਤੇ ਇਹ ਆ ਦੋਏ ਜਣੇ ਆ ਕੇ ਮੱਥਾ ਟੇਕਣ ਲੱਗੇ, ਮਹਾਰਾਜ ਮੱਥਾ ਟੇਕ ਕੇ ਹਜ਼ੂਰ ਜੀ ਅੱਗੇ ਬਹਿ ਗਏ ਤੇ ਬੈਠ ਕੇ ਅੱਗੇ ਰੰਗਜੇਬ ਦੇ ਕਾਜੀ ਮੁਲਾਣੇ ਭਰਾਓ ਉਹ ਸਾਰੇ ਆਏ, ਆ ਕੇ ਦੇਖਿਆ ਜੀ ਦੋ ਤਾਂ ਸ਼ਹੀਦ ਹੋਏ ਪਏ ਨੇ,
ਤੇ ਇਹ ਜਿਹੜੇ ਨਾਲ ਬੈਠੇ ਨੇ ਇਹਨਾਂ ਦੇ ਵਿੱਚ ਭੈੜ ਡਰ ਕੋਈ ਹੈ ਹੀ ਨਹੀਂ ਖਤਮ ਹੋਣੀ ਆਪਾਂ ਗੁਰੂ ਨੂੰ ਡਰਾਉਣ ਨੂੰ ਕਰਦੇ ਹਾਂ ਗੁਰੂ ਨੂੰ ਮੁਸਲਮਾਨ ਬਣਾਉਣ ਨੂੰ ਕਰਦੇ ਹਾਂ ਉਹ ਸ਼ਹੀਦ ਲਿਆ ਪਾ ਕੇ ਉਹ ਨਹੀਂ ਕਰੇ ਆਹ ਦੋ ਕੋਲ ਬੈਠੇ ਨੇ ਇਹ ਜਾਂਦੇ ਜਾਂਦੇ ਇਹਨਾਂ ਨੂੰ ਕੌਣ ਡਰਾਵੇ ਮਨੁੱਖ ਦਾ
जमा है शरीर मनुख का इन्हों का पर कम इन्होंने पशुआ पा दें लोग पुजारा करे दिन रात वाहेगुरु जरा अंगजेब है अंगजेब की यह पुस्तक कर रहे शामिल करके थोड़े को आए महाराज ने कहा भी थाली के जो थाली चकी ना थाली का कपड़ा चकिया तो वो जड़िया गुरकिया मास दियाँ कड़िया हुई सन वह गऊ का मास वट के पाया हुआ और पलीत खाना पाया हुआ वो चकने वाला करामा दे वापरी भी निके निके सूर के बच्चे बन बन के मसीजा मसीबत के मुसलमानों के घर में जा हैरान रंगदेव हैरान जिन्हें मुसलमान जो नेक मुसलमान से गाल कड़ा रंगदेव को भी इस पापी ने पाप किया इस पापी ने इन्ने माड़े कर्म किए ने साडे घर ने जिहड़े सूर कर्म हिंदू ने हिंदू गऊ का मास खाना अपवित्र गिणिया गया मुसलमानों सूर का मास खाना अपवित्र गया मुसलमानों के घर में सूर चलिया जाए जिंदा उन्होंने धर्म भ्रष्ट हो जाता सो कहते भी साडा धर्म भ्रष्ट हो गया अस भ्रष्ट हो गए रंगदेव कह लग्या प्राप्त हो गया
ਜਿਹੜਾ ਕੰਮ ਕਰਨਾ ਸੀ ਅਸੀਂ ਕਤਲ ਕਰਾਉਣਾ ਸੀ ਬੰਦਾ ਫੜਨਾ ਸੀ ਇਹਨੇ ਤੇ ਇਹ ਗਿਆ ਕੰਮ ਤੇ ਤੋਂ ਸਾਡੇ ਦੇ ਚਾਹੇ ਨਾ ਦੇ ਕੀ ਲੈ ਲੈ ਕੋਈ ਮਤਲਬ ਨਹੀਂ ਜਾ ਦਿੱਤੇ ਜਾਣ ਆਹਾ ਲੈ ਕੇ ਤੂੰ ਮਰਨਾ ਪਿਆ ਠੀਕ ਹੈ ਇਹ ਪ੍ਰੀਸਟ ਕਹਿਣ ਲੱਗੇ ਵੀ ਜਿਹੜੇ ਥੈਲੀ ਆ ਜਿਹਨੇ ਮੋਹਰਾਂ ਦੀ ਇਹਦਾ ਕੀ ਕਰੀਏ ਖਜ਼ਾਨੇ 'ਚ ਜਾ ਨਹੀਂ ਸਕਦੇ ਆਪਾਂ ਕੋਈ ਵਰਤ ਨਹੀਂ ਸਕਦੇ ਕਿਉਂਕਿ ਕਤਲ ਦੀ ਕਤਲ ਦਾ ਪੈਸਾ ਇਹ ਉਹਨਾਂ ਨੇ ਕੀ ਕੀਤਾ ਇੱਕ ਭਾਂਡੇ ਬਣਾਉਣ ਵਾਲੇ ਦੀ ਜਗ੍ਹਾ ਸੀ ਜੇਰੂਸਲਮ ਦੇ ਵਿੱਚ ਉਹ ਖਰੀਦ ਉਹਨੂੰ ਅੱਜ ਤੱਕ ਈਸਾਈ ਕਹਿੰਦੇ ਨੇ ਲੈਂਡ ਆਫ ਬਲੱਡ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਵੀ ਲਹੂ ਜਿਹੜਾ ਹਲ ਈਸਾ ਉਹਨੂੰ ਮਾਰਿਆ ਗਿਆ ਇਸ ਇੰਨੀ ਕੁ ਜ਼ਮੀਨ ਪਿੱਛੇ ਮਾਰ ਦਿੱਤਾ ਗਿਆ ਜਿਹਨੇ ਜਦੋਂ ਜਾਣ ਲੱਗੇਗਾ ਜਦੋਂ ਫੜਿਆ ਤਾਂ ਉਹ ਅਰਦਾਸ ਕਰਨ ਜਾਂਦੇ ਦੇਖੋ ਮਹਾਂਪੁਰਖ ਨੂੰ ਪਤਾ ਹੁੰਦਾ ਕਹਿਣ ਲੱਗਾ ਮੈਨੂੰ ਅੱਜ ਪੈ ਰਹੇ ਹੋ ਐਸੀ ਐਸੀ ਹਾਲਤ ਹੋ ਰਹੀ ਹੈ ਵੀ ਮੇਰੀ ਆਤਮਾ ਜਿਹੜੀ ਜਿਵੇਂ ਚੱਕੀ ਦੇ ਵਿੱਚ ਦਾਣੇ ਪੀਸ ਹੋ ਰਹੇ ਨਾ ਐਵੇਂ ਵੀ ਆਤਮਾ ਦਰੜੀ ਜਾ ਰਹੀ ਤੁਸੀਂ ਯਾਦ ਨਹੀਂ ਜਾ ਕੇ ਨਹੀਂ ਰਹਿ ਸਕਦੇ ਬਾਰਾਂ ਕਹਿਣ ਲੱਗੇ ਕਹਿੰਦੇ ਸਾਨੂੰ ਨੀਂਦ ਬਹੁਤ ਆਉਂਦੀ ਹੈ ਜਾ ਕੇ ਅਰਦਾਸ ਕਰਨ ਲੱਗੇ ਪ੍ਰੇਅਰ ਦੇ ਵਿੱਚ ਹਜ਼ਰਤ ਈਸਾ ਜੀ ਜੁੜੇ ਅਤੇ ਧਰਤੀ ਦੇ ਮੂੰਹ ਪਾਰ ਦਿੱਤੇ ਜਾ ਕੇ ਦੁਬਾਰਾ ਫੇਰ ਆਇਆ ਉੱਠ ਕੇ ਕਹਿੰਦੇ ਤੁਸੀਂ ਇਹ ਜਾ ਕੇ ਤੁਸੀਂ ਸੁੱਤੇ ਹੀ ਪਏ ਹੋ ਉਹ ਸੁੱਤੇ ਹੀ ਰਹੇ ਦੁਬਾਰਾ ਫੇਰ ਅਰਦਾਸ ਕਰਦੇ ਰਹੇ ਉਹ ਫੇਰ ਸੁੱਤੇ ਰਹੇ ਕਹਿੰਦੇ ਮੈਂ ਚਾਹੁੰਦਾ ਤੁਸੀਂ ਜਾਗ ਪੈਂਦੇ ਜਾਗਦੇ ਰਹਿੰਦੇ ਅੱਜ ਦੀ ਰਾਤ ਜੇ ਤੁਸੀਂ ਜਾਗਦੇ ਰਹਿੰਦੇ ਤੁਹਾਡੇ ਜਾਗਣ ਦੇ ਨਾਲ ਤੁਹਾਡੇ ਤੁਹਾਡੇ ਉੱਤੇ ਮਾਇਆ ਦਾ ਪ੍ਰਭਾਵ ਨਾ ਪੈਂਦਾ ਤੁਹਾਡੇ ਉੱਤੇ ਪਾਪ ਜਿਹੜਾ ਸੈਟਨ ਆ ਸ਼ੈਤਾਨ ਆ ਜਿਹੜਾ ਉਹ ਅਸਰ ਨਾ ਕਰਦਾ ਤੁਸੀਂ ਕਿਉਂ ਸੌ ਰਹੇ ਤੀਜੀ ਵਾਰ ਫੇਰ ਗਏ ਜਦੋਂ ਫੇਰ ਮੁੜ ਕੇ ਆਏ ਜਦੋਂ ਫੇਰ ਸੁੱਤੇ ਦੇਖੇ ਹੁਣ ਤੁਹਾਡਾ ਕੋਈ ਗੁਜ਼ਾਰ ਫੜ ਕੇ ਰੋਣ ਵਾਲਿਆਂ ਨੇ ਸ਼ਬਦ ਕਰਨਾ ਸ਼ੁਰੂ ਕੀਤਾ ਨਾ ਇਹ ਬਾਰਾਂ ਦੇ ਬਾਰਾਂ ਮਿੰਟ ਬਾਰਾਂ ਚੋਂ ਕੋਈ ਵੀ ਨਹੀਂ ਬਚੇ ਹੁਣ ਤੁਹਾਡਾ ਕੋਈ ਰਾਖਾ ਨਹੀਂ ਗੱਲ ਨਹੀਂ ਕਿਉਂਕਿ ਬਚਨ ਦਾ ਮੰਨਿਆ ਤੁਹਾਡਾ ਰਾਖਾ ਕੋਈ ਨਹੀਂ ਬਾਰਾਂ ਦੇ ਬਾਰਾਂ ਹੀ ਬੰਦੇ ਨੱਠ ਗਏ ਪੀਟਰ ਸੀਗਲਾ ਦਾ ਉਹ ਕਹਿੰਦਾ ਕਹਿੰਦਾ ਮੈਂ ਮਰਨ ਤੱਕ ਤੇਰਾ ਸਾਥ ਦਊਗਾ ਅਗਰ ਈਸਾ ਜੀ ਤੁਸੀਂ ਮੇਰੇ ਟੀਚਰ ਹੋ ਗੁਰੂ ਹੋ ਮਰਨ ਤੱਕ ਭਾਵੇਂ ਜਾਨ ਵੀ ਚਲੀ ਜਾਵੇ ਮੈਂ ਤੁਹਾਨੂੰ ਮੰਨੂਗਾ ਵੀ ਹਾਂ ਤੁਸੀਂ ਮੇਰੇ ਟੀਚਰ ਹੋ ਜਦੋਂ ਇੱਕ ਨਿੱਕੀ ਜਿਹੀ ਕੁੜੀ ਨੇ ਜਾ ਕੇ ਕਿਹਾ ਵੀ ਤੂੰ ਨਾਲ ਸੀ ਉਹਦੇ ਤੂੰ ਉਹ ਦਵਾਈ ਕਿਉਂ ਦਿੰਦਾ ਵੀ ਦੋਸ਼ ਹੈ ਮੈਨੂੰ ਤਾਂ ਪਤਾ ਹੀ ਉਹਨੂੰ ਵੀ ਕਹਿ ਦਿੱਤਾ ਸੀ ਤੂੰ ਵੀ ਸਵੇਰ ਦੇ ਕੁੱਕੜ ਬੋਲਣ ਤੋਂ ਪਹਿਲਾਂ ਤਿੰਨ ਵਾਰ ਮੈਨੂੰ ਨਾਈ ਕਰਦਾ ਹੈ ਆਹ ਜਿਹੜਾ ਵਚਨ ਬੋਲਦਾ ਮਹਾਂਪੁਰਖ ਬੋਲਦਾ ਉਹ ਅਟਲਾਂਦਾ ਵਚਨ ਹੁੰਦਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਦੂਜੀ ਵਾਰ ਫਿਰ ਹੋਰ ਕੁੜੀ ਨੇ ਜਾ ਕੇ ਕਿਹਾ ਵੀ ਤੈਨੂੰ ਦੇਖਦਾ ਹਜ਼ਰਤ ਈਸਾ ਦੇ ਨਾਲ ਫਿਰਦੇ ਹੁੰਦੇ ਪਿਆ ਕਹਿੰਦਾ ਮੈਂ ਨਹੀਂ ਜਾਣਦਾ ਤੀਜੀ ਵਾਰ ਇੱਕ ਹੋਰ ਬੰਦੇ ਨੇ ਜਾ ਕੇ ਕਿਹਾ ਗੁਰੂ ਚੜ੍ਹਨ ਤੋਂ ਪਹਿਲਾਂ ਵੀ ਤੈਨੂੰ ਦੇਖਿਆ ਤੂੰ ਬੋਲਦਾ ਕਿਉਂ ਨਹੀਂ ਇੱਥੋਂ ਤੱਕ ਗਿਰ ਗਿਆ ਕਹਿੰਦਾ ਮੈਂ ਸਹੁੰ ਖਾ ਕੇ ਰੱਬ ਦੀ ਸਹੁੰ ਖਾ ਕੇ ਕਹਿਣਾ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਹਾਂ ਜਦ ਗੁਰਗਾ ਬੋਲ ਗਿਆ ਸਾਰਾ ਮਾਇਆ ਦਾ ਪ੍ਰਭਾਵ ਲੈ ਗਿਆ ਕਹਿੰਦਾ ਦੱਸ ਮੇਰੀ ਮਦਦ ਕੀ ਹੋਇਆ ਤਾਹਾਂ ਮਾਰ ਮਾਰ ਇਹ ਲੋਕ ਰੋਂਦੇ ਤਾਹਾਂ ਮਾਰ ਮਾਰ ਰੋਂਦੇ ਰਹੇ ਐਸਾ ਹੋਇਆ ਜਿਹੜਾ ਜਿਹੜਾ ਗਵਰਨਰ ਸੀ ਰੋਮ ਦਾ ਉਹਨੂੰ ਪਤਾ ਸੀ ਕਿ ਇਹ ਨਿਰਦੋਸ਼ ਪੁੱਟ ਜਿਹੜੇ ਪਾਦਰੀ ਸੀ ਪੀਸਟ ਸਨ ਜਿਹੜੇ ਉਹਨਾਂ ਨੇ ਸਾਰਿਆਂ ਨੇ ਭੀੜ ਨੂੰ ਭੜਕਾਇਆ ਹੋਇਆ ਜਿਵੇਂ ਤੁਸੀਂ ਕਹਿੰਦੇ ਵੀ ਇਹਨੂੰ ਮਾਰਨਾ ਮਾਰਨਾ ਇੱਕ ਸਾਲ ਬਾਅਦ ਹਰ ਬੰਦੇ ਨੂੰ ਜਿਹੜਾ ਕ੍ਰਿਮੀਨਲ ਹੋਵੇ ਉਹਨੂੰ ਵੀ ਛੱਡ ਦਿੰਦਾ ਸੀ ਨਾਲ ਇੱਕ ਵੀ ਕ੍ਰਿਮੀਨਲ ਸੀਗਾ ਉਹ ਕਹਿੰਦੇ ਵੀ ਤੂੰ ਜਦੋਂ ਪਾਇਲਟ ਜਿਹੜਾ ਗਵਰਨਰ ਕਹੂਗਾ ਨਾ ਵੀ ਇੱਕ ਬੰਦੇ ਨੂੰ ਛੱਡਣਾ ਕਿਹੜੇ ਬੰਦੇ ਨੂੰ ਛੱਡਣਾ ਜਿਹੜਾ ਨਾਲ ਦਾ ਕ੍ਰਿਮੀਨਲ ਹੈ ਬਾਹਰ ਵਾਇਰਸ ਉਹਨੂੰ ਛੱਡ ਦਿਓ ਈਸਾ ਦਾ ਨਾਂ ਨਾ ਲਿਓ ਸਾਰਿਆਂ ਨੇ ਕਹਿ ਦਿੱਤਾ ਵੀ ਜਿਹੜਾ ਕ੍ਰਿਮੀਨਲ ਬਾਹਰ ਵਾਇਰਸ ਹੈ ਉਹਨੂੰ ਛੱਡ ਦਿਓ ਇਹਨੂੰ ਫਾਹੇ ਦੇ ਦਿਓ ਇਹਨੂੰ ਕ੍ਰੂਸ ਕ੍ਰਾਸ 'ਤੇ ਚੜ੍ਹਾ ਦਿਓ ਉਹ ਕਹਿੰਦਾ ਕਿਉਂ ਕਹਿੰਦੇ ਬਸ ਇਹਨੇ ਇਹਨੂੰ ਛੱਡ ਦਿਓ ਕਹਿੰਦਾ ਮੇਰੇ ਉਹਨੇ ਕੀ ਕੀਤਾ ਜਿਹੜਾ ਗਵਰਨਰ ਸੀ ਉੱਥੇ ਦਾ ਰੋਮ ਦਾ ਉਹਨੇ ਕੀ ਕੀਤਾ ਕਹਿੰਦਾ ਪਾਣੀ ਲਿਆਓ ਆਪਣੇ ਨੌਕਰਾਂ ਨੂੰ ਕਿਹਾ ਪਾਣੀ ਲਿਆਂਦਾ ਹੱਥ ਧੋ ਲਿਆ ਹੱਥ ਧੋ ਕੇ ਕਹਿਣ ਲੱਗਿਆ ਮੇਰੀ ਆਤਮਾ ਇਹ ਮੰਨਦੀ ਹੈ ਵੀ ਇਹ ਮਹਾਂਪੁਰਖ ਨਿਰਦੋਸ਼ ਹੈ ਤੁਸੀਂ ਸਜ਼ਾ ਕਹਿੰਦੇ ਇਹਨੂੰ ਫਾਹਾ ਦਵਾਉਣ ਲੱਗੇ ਹੋ ਮੌਤ ਦਾ ਇਹ ਤੋਂ ਬਦਲਾ ਦਵਾਉਣ ਲੱਗੇ ਹੋ ਮੈਂ ਨਿਰਦੋਸ਼ ਹੈ ਮੈਂ ਇਹਦਾ ਜ਼ਿੰਮੇਵਾਰ ਨਹੀਂ ਇਹ ਜ਼ਿੰਮੇਵਾਰ ਤੁਸੀਂ ਹੋ ਦੇਖੋ ਲੋਕਾਂ ਦੀ ਮੱਤ ਕਿਹੋ ਜਿਹੀ ਹੁੰਦੀ ਹੈ ਲੋਕਾਂ ਦੇ ਉੱਤੇ ਮਾਇਆ ਦੀ ਜ਼ਹਿਰ ਇਹੋ ਜਿਹੀ ਚੜ੍ਹਦੀ ਹੈ ਸਾਰੇ ਲੋਕ ਜਿਵੇਂ ਕਚਹਿਰੀ ਖੜੇ ਸਾਨੂੰ ਵੀ ਸਾਰੇ ਕਹਿਣ ਲੱਗੇ ਅਸੀਂ ਜ਼ਿੰਮੇਵਾਰ ਹੈ ਇਹਦੀ ਮੌਤ ਦੇ ਸਾਡੀ ਆਉਣ ਵਾਲੀ ਔਲਾਦ ਵੀ ਜ਼ਿੰਮੇਵਾਰ ਹੈ ਇਹਦੀ ਮੌਤ ਆਪਦਾ ਮਰਨਾ ਹੀ ਸੀ ਮੈਂ ਆਪਣੀ ਔਲਾਦ ਨੂੰ ਵੀ ਮਾਰਨਾ ਪਾਪ ਦਾ ਇੰਨਾ ਅਸਰ ਆਪਣੀ ਔਲਾਦ ਤੱਕ ਵੀ ਲੈ ਗਏ ਉਹ
ਉਹਨਾਂ ਦੀ ਔਲਾਦ ਵੀ ਨਰਕਾਂ ਚ ਆਪ ਵੀ ਨਰਕ ਤੋ ਖੀਰ ਦੇ ਵੇਲੇ ਜਦੋਂ ਆਪ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਕਹਿੰਦੇ ਨੇ ਕੰਨਿਆਂ ਦਾ ਤਾਜ ਸਿਰ ਦੇ ਉੱਤੇ ਦਿੱਤਾ ਗਿਆ ਤੇ ਜਿੰਨੇ ਰੋਮ ਦੇ ਸਿਪਾਹੀ ਸਨ ਕਹਿਣ ਨੂੰ ਡਰ ਲੱਗਦਾ ਏਡੇ ਵੱਡੇ ਮਹਾਂਪੁਰਖ ਦੇ ਉੱਤੇ ਏਡਾ ਪਾਪ ਹੋਇਆ ਥੁੱਕਦੇ ਗਏ ਇੰਨਾ ਪਾਪ ਅੱਜ ਕ੍ਰਿਸਚਨ ਦੀ ਆਪਾਂ ਦੇ ਅੰਦਰ ਦੁਨੀਆਂ ਦੇ ਵਿੱਚ ਇੰਨਾ ਫੈਲੀ ਹੈ ਕਿ 31 ਸਾਲ ਦੀ ਇਸ ਮਹਾਂਪੁਰਖ ਦੀ ਉਮਰ ਹੋਈ 31 ਸਾਲ ਦੀ ਉਮਰ ਦੇ ਵਿੱਚ 3 ਸਾਲ ਪ੍ਰਚਾਰ ਕੀਤਾ ਇਹਨਾਂ ਨੇ ਕ੍ਰਿਸਚਨ ਤੇ ਅੱਜ ਦੁਨੀਆਂ ਦੇ ਉੱਤੇ ਜਿਹੜੇ ਮੁਲਕ ਵੱਲ ਇਹਨਾਂ ਦੀ ਟੋਪ ਸਿੱਧੀ ਹੋ ਜਾਵੇ ਉੱਥੇ ਨਵਾਂ ਮੁਲਕ ਬਣ ਜਾਂਦਾ ਮਾਰਨ ਦੀ ਲੋੜ ਹੈ ਸਾਰੀ ਦੁਨੀਆਂ ਤਰ੍ਹਾਂ ਤਰ੍ਹਾਂ ਪਾਉਂਦੀ ਹੈ ਜੇ ਉਸ ਮਹਾਂਪੁਰਖ ਦੀ ਕੁਰਬਾਨੀ ਹੈ ਉਸ ਮਹਾਂਪੁਰਖ ਦੀ ਸ਼ਹੀਦੀ ਹੈ ਜਿਹਦੇ ਉੱਤੇ ਇਹ ਨੀਹਾਂ ਖੜੀਆਂ ਹਨ ਇਹਨਾਂ ਮੁਲਕਾਂ ਸੋ ਇਹ ਹੈ ਦੁਨੀਆਂ ਦੇ ਵਿੱਚ ਚੋਣਵੇਂ ਮਹਾਂਪੁਰਖ ਦੁਨੀਆਂ ਦੀ ਇੱਡੀ ਵੱਡੀ ਕੁਰਬਾਨੀ ਸਤਿਗੁਰੂ ਜੀ ਦਾ ਆਪਾਂ ਇਤਿਹਾਸ ਦੇਖਦੇ ਹਾਂ ਉਹਨਾਂ ਦਾ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੇ ਨਾਲ ਜਿੰਨੇ ਸਿੱਖ ਸਨ ਸਾਰਿਆਂ ਨੂੰ ਮਹਾਰਾਜ ਨੇ ਆਪਣੇ ਵਰਗਾ ਬਣਾ ਲਿਆ ਕਿਸੇ ਨੇ ਵੀ ਮਹਾਰਾਜ ਦਾ ਸਾਥ ਨਹੀਂ ਨਾਲ ਮਰਨਾ ਪ੍ਰਵਾਨ ਕਰ ਲਿਆ ਸਾਰੇ ਦੇ ਸਾਰੇ ਸ਼ਹੀਦ ਹੋਏ ਤੇ ਔਰੰਗਜ਼ੇਬ ਨੇ ਆਹ ਜਹਾਨ ਦੀ ਲਾ ਲਈ ਕੀਤਾ ਜੀ ਨੂੰ ਇਹ ਵਚਨ ਕਹਿਣੇ ਪੈਣੇ ਹਿਬਰੂ ਦੇ ਵਿੱਚ ਵਚਨ ਨੇ ਤੁਸੀਂ ਇਹਨਾਂ ਦੇ ਚਰਚਾ ਦੇ ਵਿੱਚ ਆਮ ਸੁਣਦੇ ਹੋ ਜਿਹੜੇ ਗੀਤ ਦੇ ਵਿੱਚ ਵਚਨ ਕਹੇ ਜਦੋਂ ਕੰਨਿਆਂ ਦਾ ਤਾਜ ਰੱਖ ਦਿੱਤਾ ਨਾ ਤਾਂ ਉਸ ਵੇਲੇ ਅੱਲਾ ਨੂੰ ਯਾਦ ਕਰਦੇ ਰੱਬ ਨੂੰ ਯਾਦ ਕਰਦੇ ਕਹਿੰਦੇ ਇਹਦੀ ਲਾਮਾ ਸਵਾਗ ਕਰਦੀ ਇਹ ਹਿਬਰੂ ਦੇ ਵਚਨ ਜੀ ਹੇ ਵਾਹਿਗੁਰੂ ਤੂੰ ਮੈਨੂੰ ਭੁੱਲਣਾ ਜਾਏ ਮੈਨੂੰ ਵਿਸਾਰ ਕੇ ਉਹਦੇ ਸਾਹ ਤੁਹਾਨੂੰ ਯਾਦ ਰੱਖ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਜਦੋਂ ਸਿੱਖਾਂ ਨੇ ਜਾ ਕੇ ਭਾਈ ਗੁਰੂਦਾ ਤੇ ਭਾਈ ਸਾਹਿਬ ਚੰਦ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਦੱਸਿਆ ਵੀ ਮਹਾਰਾਜ ਆਹ ਗੱਲ ਹੈ ਤਿੰਨ ਸਿੱਖ ਇੰਨੇ ਭਿਆਨ ਕੇ ਸ਼ਹੀਦ ਕਰ ਦਿੱਤੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 50 ਸਲੋਕ ਲਿਖੇ ਉਸ ਕੈਦ ਦੇ ਵਿੱਚ ਜਿਹੜੇ ਨੌਵੇਂ ਮਹਾਲੇ ਦੇ ਸਲੋਕ ਆਪ ਜੀ ਸੁਣਦੇ ਹੋ ਨਾ ਭੋਗ ਵੇਲੇ ਇਹ ਦਿੱਲੀ ਦੀ ਕੈਦ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਬੇਅੰਤ ਵੈਰਾਗ ਦੇ ਵਿੱਚੋਂ ਲਿਖੇ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਉਂ ਲਿਖੇ ਹਨ ਕਿ ਜਿਹੜੇ ਮਨੁੱਖ ਨੂੰ ਜਿਹੜੇ ਜਗਿਆਸੂ ਜਿਹੜੇ ਸਿੱਖ ਨੂੰ ਸਾਰੀ ਬਾਣੀ ਸੁਣਨ ਦਾ ਮੌਕਾ ਨਾ ਪ੍ਰਾਪਤ ਹੋਵੇ ਇਹ ਭੋਗ ਦੇ ਸਲੋਕਾਂ ਵੇਲੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਰਨ ਵਿੱਚ ਆ ਜਾਵੇ ਨਾ ਗੁਰੂ ਤੇਗ ਬਹਾਦਰ ਨਾਮੀ ਪਾਤਸ਼ਾਹੀ ਦੇ ਸ਼ਬਦ ਸੁਣ ਲਵੇ ਬਚਨਾਂ ਨੂੰ ਸੁਣ ਲਵੇ ਉਹਦੇ ਅੰਦਰ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਉਹਦੇ ਅੰਦਰ ਵੈਰਾਗ ਪੈਦਾ ਹੋ ਜਾਂਦਾ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅੰਗ ਵਿੱਚ ਜਿਹੜੇ ਸਲੋਕ ਨੇ ਵੈਰਾਗ ਪੈਦਾ ਕਰਦੇ ਵੈਰਾਗ ਤੋਂ ਗਿਆਨ ਪੈਦਾ ਹੁੰਦਾ ਗਿਆਨ ਤੋਂ ਦਇਆ ਅੰਧਾ ਪੈਦਾ ਹੁੰਦਾ ਜਦੋਂ ਇਹ ਵਚਨ ਜਾ ਕੇ ਦੱਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਵਚਨ ਦਿੱਤੇ ਮਹਾਰਾਜ ਨੇ 50 50 52 53 ਇਹ 3 ਸਲੋਕ ਨੇ 4 ਸਲੋਕ ਨੇ 4 ਤੇ 5 ਇਹ ਲਿਖ ਕੇ ਦਿੱਤੇ ਸਨ ਤੇ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸਲੋਕ ਦਿੱਤੇ ਮੱਥਾ ਟੇਕਿਆ ਭਾਈ ਪੂਰਾ ਤੇ ਭਾਈ ਸਾਹਿਬ ਜੀ ਨੇ ਤੇ ਸਤਿਗੁਰੂ ਜੀ ਕਹਿਣ ਲੱਗੇ ਉੱਥੇ ਹੀ ਪਛਾੜ ਲਿਆ ਵੀ ਇਹ ਚਿੱਠੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਪਿਤਾ ਵੱਲੋਂ ਆਈ ਹੈ ਉਸੇ ਵੇਲੇ ਆਪ ਮਹਿਲਾਂ ਚਲੇ ਗਏ ਮਾਤਾ ਨਾਨਕੀ ਤੇ ਮਾਤਾ ਗੁਜਰੀ ਦੀ ਕੋਲ ਸਨ ਤੇ ਉੱਥੇ ਜਾ ਕੇ ਨੇਵੜੇ ਨੇ ਚਿੱਠੀ ਪੜ੍ਹਨ ਦੇ ਲਈ ਗਿਆ ਜਦੋਂ ਚਿੱਠੀ ਪੜ੍ਹੀ ਤਾਂ ਪਰਮ ਵੈਰਾਗ ਦੇ ਵਿੱਚ ਮਾਤਾ ਜੀ ਸਨ ਤੇ ਸਤਿਗੁਰੂ ਜੀ ਨੇ ਮਾਤਾ ਨਾਨਕੀ ਜੀ ਸਨ ਜਿਹੜੇ ਉਹਨਾਂ ਦੇ ਖਾਤਰ 2 ਸਲੋਕ ਲਿਖ ਕੇ ਦਿੱਤੇ ਮਾਤਾ ਗੁਜਰੀ ਜੀ ਸਨ ਜਿਹੜੇ ਉਹਨਾਂ ਖਾਤਰ 1 ਸਲੋਕ ਸੀ ਤੇ ਪਰਖਣ ਖਾਤਰ ਕਿਉਂਕਿ ਗੁਰਿਆਈ ਦੇ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨਾਂ ਖਾਤਰ 1 ਸਲੋਕ ਲਿਖਿਆ ਸੀ ਸਾਡੀ ਟ੍ਰੈਡੀਸ਼ਨ ਇਹ ਕਹਿੰਦੀ ਹੈ ਪਰ ਜਿਹੜੇ ਹੋਰ ਵਿਦਵਾਨ ਨੇ ਹੋਰ ਕਹਿੰਦੇ ਜੀ ਸਾਰੇ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਨੇ ਪਰ ਸਾਡੀ ਟ੍ਰੈਡੀਸ਼ਨ ਹੈ ਜਿਹੜੀ ਇਹ ਕਹਿੰਦੀ ਹੈ ਜੀ 2 1 ਸਲੋਕ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਦਾ ਬਾਣੀ ਦੇ ਵਿੱਚ ਜਿਹੜਾ ਕੀ ਵਾਲਾ ਸਲੋਕ ਸੋ ਜਦੋਂ ਇਹ ਹਾਲਤ ਦਾ ਪਤਾ ਲੱਗਿਆ ਸੁਨੇਹਾ ਮਹਾਰਾਜ ਦੇ ਕੋਲ ਪਹੁੰਚਿਆ ਵੀ ਵੈਰਾਗ ਦੇ ਵਿੱਚ ਹਨ ਫਿਰ ਇਹ ਸਲੋਕ ਲਿਖ ਕੇ ਦਿੱਤੇ ਸਨ ਤੇ ਜਦੋਂ ਮਹਾਰਾਜ ਜੀ ਦਾ ਇਹ ਸਲੋਕ ਮਾਤਾ ਨਾਨਕੀ ਜੀ ਨੇ ਸਰਵਣ ਕੀਤਾ ਰਾਮ ਗਏ ਰਾਮ ਗਏ ਜਾ ਤੂੰ ਬਹੁ ਪਰਵਾਰ ਕਹੋ ਨਾ ਫਿਰ ਕਛ ਨਹੀਂ ਸੁਪਨੇ ਦੇ ਸੰਸਾਰ ਚਿੰਤਾ ਤਾਂ ਕੀ ਕੀਜੀਏ ਜੋ ਅਨੁਭਵ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਰਹੀ ਇਹ 2 ਸਲੋਕ ਸੁਣ ਕੇ ਮਾਤਾ ਨਾਨਕੀ ਜੀ ਦਾ
वैराग सी वो दूर हो गया, उन्होंने परम शांति की अवस्था प्राप्त हो गई। सो जो गुरु तेग बहादुर महाराज जी का श्लोक उच्चारण किया हुआ माता गुजरी जी को प्राप्त होया, जो उन्होंने पत्र लिखा कि गुरु की रूह बोलती सी उन्होंने, सो माता गुजरी जी ने जो श्लोक अर्पण किया, जो जो सोगन साहब और आज के गाल नानक हर गुरु गाय ले छाड़ सकल पंजाब। माता गुजरी जी जी का वैराग वो परम अवस्था आ गए, उन्होंने भी पता लग गया, क्योंकि महाराज जो आनंदपुर साहब तो तुरे ने किसी मिलके नहीं आए, तो गुरु गोबिंद सिंह महाराज सच्चे पातशाह का श्लोक लेके भेजा कि बल छुटके छुटके बंधन पर एक ना हो पाए नानक गुंडे बाद महाराज ने कुछ भी खबर के बिना बल मुक्या है बंधन पै गया की किया जाए। गुरु गोबिंद सिंह महाराज ने जो ये भजन पढ़िया श्लोक पढ़िया तो उस वे आपके मन में ख्याल चल रहा है कि सतगुरु जी बाल हुआ बंधन छुटे सब कुछ पाए नाम सब कुछ साधना हो सहाय। जो ये जवाब पढ़िया गुरु तेग बहादुर महाराज जी ने उठे ही गुरियाई ने जी प्रकरमा करके हथ नाल ही प्रकरमा करके सुत नाल गुरु गोबिंद सिंह महाराज ने तो उदो बाद साथ में शहीदी मिली है। गुरु तेग बहादुर महाराज सच्चे पातशाह जी जो होर वचन होंगे आप पढ़ेंगे, ये और गुरु पातशाह जी शहीदी आप पढ़ रहे हैं जिन्होंने औरंगजेब वर्गे जालम राज इस जाने उन्होंने जिन्हें काजी सन मुलाने सन उन्होंने मत के उत्ते हसते सन कि ये तुम की कर लगे। औरंगजेब ने होर भी गल कही उस वे आप औरंगजेब ने आके आशा इस उपासना ये जिन्हों की गड्डी हो गए उन्होंने मिलाप हो सके, असं भी आस अल्लाह के उत्ते रखते हैं तुम्हें नीत वाहगुरु के उत्ते आस रखते हो, इश्क तुहाडा भी वाहगुरु है साडा भी वाहगुरु है, उपासना रोग नहीं आता जमना बच्चा ना हिंदू होगा ना मुसलमान होगा, उसके बाल कट के हिंदू बना देंगे सुंद करके मुसलमान मुसलमान बना देंगे, जे उन्होंने उ रख केसाधारी रख तो सिख तो सिख ही रहता, कोई जवाब ना आया औरंगजेब कोई जवाब ना आया, तो सड़ वाल गया औरंगजेब ये सोचन लग पा भी किए गुरु तेग बहादुर महाराज को शहीद किया जाए, क्योंकि मन के पाप की करावात हजूर दिखाते हैं सब जिन्हें मुसलमान बादशाह होने की चाहते सर कोई करावात देखिए एडा कमला बादशाह अगों का कमला अन्ना एडा देखिया कि बाद सतगुरां दे साहिबजादे बाबा राम राय जी ने इनिया करामात बहत्तर करामात दिखाई उन्होंने देख के समझ ना आया जो करामात का समुद्र सतगुरु सन उन्होंने हथ पाउन लगे खत्म कर दिया। सतगुरु जी कह लगे भी तू सानू खत्म किवें कर सकदा, तेरी दृष्टि है जी चमड़े तक है शरीर तक है, शरीर में तुम खत्म करना बंदे का खत्म करना समझे जी आत्मा आत्मा तुम्हें खत्म कर दो, क्योंकि आत्मा तो सदा है ना है बूढ़ा ना है बाला ना है जवानी के बच्चे आती है ना बुढ़ापे के बच्चे आती है, तो सदा सदा ही एको अवस्था में रहती है आत्मा कोई नहीं प्यार मार सकता। सो ये शरीर करके खत्म करना चाहते हो शरीर का ठीक रह जाना ये तेरे मथे मार के जी भन जाना तेरा राजपाल खत्म हो जाए साडा सिर चीर कर दिता ऐ अपनी बस चीर ली है अगले पा के साड़ दिता राज साड़ लिया है जो साड़ी वारी आई तेरा सारे का सारा प्रमुख राज जाए। भाई मतीदार की जो शहीदी हुई थी
ਚੀਰ ਹੋਣ ਲੱਗਿਆ। ਗੁਰਮੁਖ ਇੱਕ ਗੱਲ ਕਹਿ ਗਿਆ ਸੀ, ਬਾਦਸ਼ਾਹ ਅੱਜ ਤੋਂ ਬਾਅਦ ਤੂੰ ਦਿੱਲੀ ਦੇ ਵਿੱਚ ਨਹੀਂ ਰਹਿ ਸਕਦਾ। ਸਤਿਗੁਰੂ ਜੀ ਦੀ ਸ਼ਹੀਦੀ ਹੋ ਗਈ। ਇਹੋ ਜਿਹਾ ਚੱਕਰ ਚੱਲਿਆ, ਬਾਦਸ਼ਾਹ ਔਰੰਗਜ਼ੇਬ ਦੱਖਣ ਵਾਲੇ ਪਾਸੇ ਔਰੰਗਾਬਾਦ ਵਾਲੇ ਪਾਸੇ ਚੱਲਿਆ, ਉਦੋਂ ਵਾਪਸ ਦਿੱਲੀ ਦੇ ਵਿੱਚ ਆਇਆ ਹੀ। ਸੋ ਇਹ ਗੁਰਪੀਰਾਂ ਦੇ ਬਚਨ ਹੁੰਦੇ ਹਨ, ਜਿਹੜੇ ਰਾਜਿਆਂ ਜਿਹੜੇ ਮਨਾ ਮੰਨ ਲੈਣ ਉਹਨਾਂ ਨੂੰ ਹੁਕਮ ਅਨੁਸਾਰ ਤੁਰ ਪੈਣ, ਉਹ ਕੌਮਾਂ ਸੁਖੀ ਹੋ ਜਾਂਦੀਆਂ ਨੇ, ਬੰਦੇ ਸੁਖੀ ਹੋ ਜਾਂਦੇ ਹਨ, ਬੱਚੇ ਸੁਖੀ ਹੋ ਜਾਂਦੇ ਜਿਹੜੇ ਮੰਨ ਲੈਣ, ਜਿਹੜੇ ਵਿਸਾਰ ਲੈਣ ਉਹ ਸਤਿਸੰਗਤ ਰੁੜ ਜਾਂਦੇ ਹਨ, ਆਪ ਵੀ ਰੁੜ ਜਾਂਦੇ ਨੇ, ਪਰਿਵਾਰਾਂ ਨੂੰ ਵੀ ਅਤੇ ਕੌਮਾਂ ਨੂੰ ਵੀ ਰੁੜ ਜਾਂਦੇ। ਅਤੇ ਇਸ ਗੱਲ ਦਾ ਆਪਾਂ ਸਾਰਿਆਂ ਨੇ ਯਾਦ ਰੱਖਣਾ ਗੱਲ ਨੂੰ। ਮੈਂ ਕੱਲ੍ਹ ਇੱਕ ਇੰਡੀਆ ਤੋਂ ਮੈਗਜ਼ੀਨ ਆਉਂਦਾ ਮੇਰੇ ਕੋਲ, ਸਾਡਾ ਵਿਰਸਾ ਸਾਡਾ ਦੌਰ, ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣੇ ਤੋਂ ਛੱਡਾ, ਉਹਦੇ ਵਿੱਚ ਇੱਕ ਨੌਜਵਾਨ ਦੀ ਫੋਟੋ ਦੇਖੀ, ਪੰਜਾਬ ਦੇ ਮੁਕਤਸਰ ਤੋਂ ਗਿਆ, ਪੜ੍ਹ ਕੇ ਗਿਆ, ਮੈਨੇਜਮੈਂਟ ਦਾ ਕੋਰਸ ਕੀਤਾ, ਹੋਟਲ ਮੈਨੇਜਮੈਂਟ ਦਾ ਅਪਲਾਈ ਕੀਤਾ, ਉਹ ਸਿੰਗਾਪੁਰ ਦੇ ਵਿੱਚ ਨੌਕਰੀ ਮਿਲ ਗਈ। ਸਿੰਗਾਪੁਰ ਦੇ ਵਿੱਚ ਗਿਆ ਨੌਜਵਾਨ, ਚੜ੍ਹ ਕੇ $1500 ਸਿੰਗਾਪੁਰ ਦੀ ਤਨਖਾਹ ਤੈਅ ਹੋ ਗਈ। ਇੰਟਰਵਿਊ ਹੋਈ, ਮੇਜਰ ਕਹਿੰਦਾ ਠੀਕ ਹੈ, ਅਤੇ ਜਦੋਂ ਜਾਣ ਲੱਗਾ ਕਹਿੰਦਾ ਮੇਰੇ ਕਮਰੇ 'ਚ ਆ ਜਾ, ਉਹ ਕਮਰੇ ਚਲੇ ਗਿਆ। ਕਹਿੰਦਾ ਵੀ ਮਿੱਤਰਾ ਨੌਕਰੀ ਤੈਨੂੰ ਤਾਂ ਦੇਣੀ ਹੈ ਜੇ ਪੱਗ ਸਿਰ ਤੋਂ ਲਾ ਦੇਗਾ, ਦਾੜੀ ਬੇਸ ਨੂੰ ਲਾ ਦੇਗਾ। ਉਹ ਅਮਰਧਾਰੀ ਸੀ, ਉਹ ਕਹਿੰਦਾ ਵੀ ਮੇਰਾ ਵਾਪਸੀ ਦਾ ਟਿਕਟ ਹੈ ਜਿਹੜਾ ਉਹ ਵੇਚੀ ਨਾ, ਕੈਸ਼ ਨਾ ਕਰਾਈ, ਵਾਪਸੀ ਦਾ ਟਿਕਟ ਜਿਹੜਾ ਕਰਦੇ ਨਾ। ਮੈਂ ਕਹਿੰਦਾ ਦਾੜੀ ਕੇਸ ਕਢਾਵਾਂ ਨਾ, ਮੈਂ ਕਰ ਲਉਂਦੀ, ਮੇਰੀ ਘਰੀ ਨੌਕਰੀ ਚਾਹੀਦੀ ਨਹੀਂ। ਮੈਨੇਜਰ ਹੈਰਾਨ ਰਹਿ ਗਿਆ ਵੀ ਇੰਨੀ ਸੋਹਣੀ ਨੂੰ ਨੌਕਰੀ ਮਿਲੀ, ਇਹ ਧਰਮ ਨੂੰ ਇੰਨੀ ਮਹਾਨਤਾ ਦੇਣ ਲੱਗਿਆ। ਜਹਾਜ ਵਾਪਸ ਚੜ੍ਹ ਕੇ ਪਿੰਡ ਚਲੇ ਗਿਆ। ਪਿੰਡ ਕਹਿੰਦਾ ਖੇਤੀ ਕਰਕੇ ਜਿਹੜੀ ਭਾਵੇਂ 2 ਕਿੱਲੇ ਜ਼ਮੀਨ ਆ, ਉਹਦੇ ਵਿੱਚ ਰੋਟੀ ਖਾਣੀ ਮੈਨੂੰ ਮਨਜ਼ੂਰ ਆ, ਪਰ ਕਹਿੰਦਾ ਮੈਂ ਸਿੱਖੀ ਨਹੀਂ ਛੱਡਦਾ। ਸੋ ਸਾਰਥਕ ਨੇ ਇਹ ਸਾਡੇ ਗੌਰਵ ਦੀ ਗੱਲ, ਇਹੋ ਜਿਹੇ ਗੁਰਮੁਖਾਂ ਨੂੰ ਜਿਹਨਾਂ ਜਿਹੜੇ ਗੁਰਸਿੱਖੀ ਨੂੰ ਅੱਗੇ ਰੱਖਦੇ ਹਨ ਉਹਨਾਂ ਨੂੰ ਗੁਰੂ ਗਿਆ, ਜਿਹਨਾਂ ਨੇ ਧਰਮ ਨੂੰ ਪਿੱਛੇ ਛੱਡ ਦਿੱਤਾ, ਜਦੋਂ ਵਕਤ ਆਉਂਦਾ ਧਰਮ ਉਹਨਾਂ ਨੂੰ ਪਿੱਛੇ ਛੱਡ ਦਿੱਤਾ। ਜਿਹੜੇ ਧਰਮ ਨੂੰ ਅੱਗੇ ਰੱਖਦੇ ਨੇ, ਧਰਮ ਉਹਨਾਂ ਨੂੰ ਅੱਗੇ ਰੱਖਦਾ, ਜਦੋਂ ਜਿਹੜੇ ਧਰਮ ਨੂੰ ਪਿੱਛੇ ਛੱਡ ਦਿੰਦੇ ਨੇ ਫਿਰ ਧਰਮ ਉਹਨਾਂ ਨੂੰ ਪਿੱਛੇ। ਇਸੇ ਕਰਕੇ ਸਾਡੀਆਂ ਅਰਦਾਸਾਂ ਵੀ ਮੰਜ਼ੂਰ ਹੁੰਦੀਆਂ, ਇਸੇ ਕਰਕੇ ਸਾਡੀਆਂ ਇਛਾਵਾਂ ਵੀ ਪੂਰਨ ਹੁੰਦੀਆਂ। ਗੁਰੂ ਨੂੰ ਅੱਗੇ ਰੱਖ ਕੇ ਦੇਖੋ, ਹਰੇਕ ਧਰਮ ਦੇ ਵਿੱਚ ਗੁਰੂ ਨੂੰ ਸਤਿਗੁਰੂ ਨੂੰ ਅੱਗੇ ਰੱਖ ਕੇ ਦੇਖੋ, ਤੁਹਾਡੀ ਹਰ ਗੱਲ ਪੂਰੀ ਹੋਊ, ਰੋਗ ਸੋਗ ਸਾਰੇ ਮਿਟ ਜਾਂਦੇ। ਮੈਂ ਅੱਜ ਬਚਨ ਗੁਰਮੁਖ ਤੋਂ ਸੁਣਿਆ ਸੀ, ਸੰਤ ਜਰਨੈਲ ਸਿੰਘ ਆਪਣੀ ਕੌਮ ਦੇ ਮਹਾਂਪੁਰਖ ਹੋਏ ਹਨ, ਜਿਹਨਾਂ ਨੇ ਧਰਮ ਦਾ ਰੱਜ ਕੇ ਪ੍ਰਚਾਰ ਕੀਤਾ, ਟਕਸਾਲ ਦੇ ਮੁਖੀ ਹੋਏ ਹਨ। ਸਭ ਤੋਂ ਵੱਡੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪ ਸ਼ੁਰੂ ਕੀਤੀ ਹੋਈ ਟਕਸਾਲ ਦੇ ਮੁਖੀ ਹੋਏ। ਕਹਿੰਦੇ ਜਦੋਂ ਰਾਤ ਨੂੰ ਸਿੰਘਾਂ ਨੇ ਸੌ ਜਾਣਾ, ਟਕਸਾਲ ਵਾਲੇ ਜਿੰਨੇ ਬਾਣੀ ਪੜ੍ਹਦੇ ਸੀ ਉਹਨਾਂ ਸਾਰਿਆਂ ਦੇ ਜੋੜੇ ਝਾੜ ਕੇ ਰਾਤ ਨੂੰ ਪੈ ਗਏ। ਸਿੰਘਾਂ ਨੇ ਰਾਤ ਨੂੰ ਦੇਖਿਆ ਵੀ ਆਪਣੇ ਜੋੜੇ ਕੌਣ ਝਾੜਦਾ, ਇੱਕ ਨੇ ਪਹਿਰਾ ਲਾ ਕੇ ਦੇਖਿਆ ਕਿ ਜੋੜੇ ਝਾੜਨ ਵਾਲਾ ਤਾਂ ਜਰਨੈਲ ਸਿੰਘ, ਉਹਨਾਂ ਨੇ ਅੰਦਰ ਕੁੰਡਾ ਲਾ ਕੇ ਰੱਖਿਆ ਵੀ ਆਪਾਂ ਮੋਹੀ ਤੋਂ ਆਪਾਂ ਜੋੜੇ ਚੜ੍ਹਾਉਂਦੇ ਹਾਂ, ਇਹ ਕੰਮ ਨਹੀਂ ਠੀਕ, ਜੋੜੇ ਅੰਦਰ ਰੱਖਣੇ ਸ਼ੁਰੂ ਕਰ ਦਿੱਤੇ। ਉਹ ਤਾਂ ਸਿੰਘਾਂ ਦੀ ਗੱਲ ਉਹਨਾਂ ਦੀ ਕਰਨੀ ਸੀ, ਪਰ ਆਪਾਂ ਮੋਹੀ ਵੱਲ ਦੇਖੀਏ ਵੀ ਕਿੰਨੀ ਵੱਡੀ ਪੱਗ ਦੇ ਉੱਤੇ ਪਹੁੰਚਣ ਵਾਲਾ ਮਹਾਂਪੁਰਖ ਔਰ ਨਿਮਰਤਾ ਇੰਨੀ ਕਿ ਉਹ ਜਿਹੜੇ ਸਿੱਖਾਂ ਨੂੰ ਪੜ੍ਹਾਉਂਦਾ ਉਹਨਾਂ ਦੇ ਚੜ੍ਹਨਾ ਵੀ ਮੱਥੇ ਤੇ ਲਾਉਂਦਾ। ਇੱਡੀ ਵੱਡੀ ਪਦਵੀ ਹੈ ਜਿਹੜੀ ਉਹਨੂੰ ਪ੍ਰਾਪਤ ਹੁੰਦੀ ਹੈ। ਸੋ ਜਿਹਦੇ ਅੰਦਰ ਇੰਨੀ ਨਿਮਰਤਾ, ਮਹਾਰਾਜ ਕਹਿੰਦੇ ਮਾਲੀ ਦੇ ਵਿੱਚ ਕਿ ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਤ ਨਾ। ਜਿਹੜਾ ਆਪਣੇ ਆਪ ਨੂੰ ਭਲਾ ਕਹਾਵੇ ਜਿਹੜੇ ਭਲਾਈ ਨਹੀਂ ਆਉਂਦੀ, ਪਰ ਜੋ ਧਰਨ ਪਵੇ ਤਿਸ ਲਗੈ ਨਾ ਕਾਲਾ, ਉੱਚਾ ਚੜ੍ਹੇ ਸੋ ਪਵੇ ਪਿਆਲਾ। ਜਿਹੜਾ ਆਪਣੇ ਆਪ ਨੂੰ ਉੱਚਾ ਰੱਖਦਾ ਉਹ ਪਤਾਲ ਦੇ ਵਿੱਚ ਗਿਰ ਜਾਂਦਾ, ਜਿਹੜਾ ਧਰਤੀ ਦੇ ਉੱਤੇ ਨਿਮਰਤਾ ਦੇ ਵਿੱਚ ਆ ਜਾਵੇ ਉਹਨੂੰ ਮਹਾਰਾਜ ਚੱਕ ਕੇ ਆਕਾਸ਼ ਰੱਖਦਾ। ਇਹ ਨਿਮਰਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿਖਾਈ, ਇਹੀ ਸਭ ਤੋਂ ਵੱਡੀ ਕੁਰਬਾਨੀ ਹੈ, ਇਹੀ ਕੁਰਬਾਨੀ ਦਾ ਜਜ਼ਬਾ ਸਿੱਖਾਂ ਦੇ ਅੰਦਰ ਭਰਨ ਖਾਤਰ ਗੁਰੂ ਮਹਾਰਾਜ ਨੇ ਸਾਨੂੰ ਪ੍ਰੇਰਿਤ ਕੀਤਾ। ਸਤਿਗੁਰੂ ਮਿਹਰਾ ਕਰ, ਇਹ ਪਾਤਸ਼ਾਹ ਦੇ ਅੰਦਰ ਸੁਣਿਆ ਹੋਇਆ ਇਤਿਹਾਸ ਸਾਡੇ ਹਿਰਦੇ ਅੰਦਰ ਵਸੇ, ਗੁਰੂ ਪਾਤਸ਼ਾਹ ਮਿਹਰਾ ਕਰ ਅਤੇ ਅਸੀਂ ਇਸ ਨੂੰ ਕਮਾਉਣ ਦੇ ਯੋਗ ਹੋਈਏ। ਗੁਰਾਂ ਦਾ ਆਪਣੀ ਸੇਵਾ ਕਰਦੇ ਨੇ ਜੀ, ਆਪ ਗੁਰੂ ਆ ਕੇ ਆਸਾ ਮਸੀਹ ਗੁਰੂ ਚੰਦਾਂ ਦਾ।